जस टीवी देख रहे हो तुम, मैं केपी सिंह टू द पॉइंट भी तुहाडा स्वागत करदा। प्रशांत भूषण से सुप्रीम कोर्ट की उलंघना का मामला सी, उन्होंने दोषी पाया गया। दोषी पाने तो बाद सज़ा सुना दी गई है। सज़ा दे विच एक रुपया जुर्माना जां 3 महीने की जेल जां 3 महीने प्रैक्टिस ते बैन, ये उन्होंने सज़ा सुनाई गई है। उस सज़ा तो बाद प्रशांत भूषण ने यह फैसला कर दिता कि वह 1 रुपया जुर्माना भरने लिए तैयार है, पर नाल ही उन्होंने कहा कि इस सज़ा नूं ते इस फैसले नूं वो चुनौती जरूर देंगे। साडा सवाल यह है कि प्रशांत भूषण ते जिहड़े लोग पहला सवाल करते पे सी, जिन्होंने एक लहर खड़ी की सी हम देखेंगे, उस लहर दे हुण किहड़े सवाल बाकी है। साडा सवाल यह भी है कि जिहड़े प्रशांत भूषण के विरोधी आ उन्होंने सवाल किहड़े बाकी है, क्योंकि वह लगातार सोशल मीडिया से वख वख तरह की बहस छिड़ी बैठी है, जिंदे विचों 1 रुपए नूं लैके बहुत कुछ कह रहा, तो फाइन इक्वल टू अपोलॉजी भी कह रहा, बहुत कुछ ही कह रहा। असीं सवाल इक्को पुछांगे, भूषण ते हुण किहड़ी बहस बाकी। सज़ा के ऐलान तो बाद प्रशांत भूषण होरां ने कहा कि यह पहला सुन लिया। आई रिजर्व माई राइट टू सीक ए रिव्यू ऑफ द कन्विक्शन एंड सेंटेंसिंग बाय वे ऑफ एन अप्रोप्रिएट लीगल रेमेडी। आई प्रपोज टू सबमिट माई सेल्फ टू दिस ऑर्डर एंड विल रिस्पेक्टफुली पे द फाइन as I would have submitted to any other lawful punishment. The issue was never about me versus the Supreme Court, much less me versus any honorable judges. When the Supreme Court of India wins, every Indian wins. Every Indian wants a strong and independent judiciary. Obviously, if the courts get weakened, it weakens the republic and harms every citizen. ਬੜਾ ਸਵਾਲ ਇੱਕੋ ਪੁੱਛਾਂਗੇ ਇਸ ਡਿਬੇਟ ਦੇ ਵਿੱਚ। ਸਵਾਲ ਇਹ ਪੁੱਛਿਆ ਜਾਵੇਗਾ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਸਟੈਂਡ ਅਤੇ ਸਜ਼ਾ ਨਾਲ ਦੇਸ਼ ਵਿੱਚ ਕਿਹੜੇ ਸਵਾਲ ਖੜੇ ਹੋਏ। ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਇਹ ਉਹੀ ਪੈਨਲ ਹੈ ਜਿਨ੍ਹਾਂ ਨੇ ਪ੍ਰਸ਼ਾਂਤ ਭੂਸ਼ਣ ਜਦੋਂ ਦੋਸ਼ੀ ਕਰਾ ਦਿੱਤੇ ਗਏ ਸੀਗੇ ਉਦੋਂ ਇਹੀ ਪੈਨਲ ਬੈਠਾ ਸੀ, ਅਤੇ ਅੱਜ ਵੀ ਉਸੇ ਪੈਨਲ ਨੂੰ ਸੱਦਾ ਦਿੱਤਾ। SS ਚੰਨੀ BJP ਤੋਂ ਨੇ, ਰਾਜੀਵ ਗੁਜ਼ਾਰਾ ਸਵਰਾਜ ਇੰਡੀਆ ਤੋਂ ਨੇ, ਅਤੇ ਹਰਦੀਪ ਸਿੰਘ ਕਿੰਗਰਾ ਇਹ ਕਾਂਗਰਸ ਤੋਂ ਨੇ। ਤਿੰਨਾਂ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਸਰ। ਸਭ ਤੋਂ ਪਹਿਲਾ ਸਵਾਲ ਚੰਨੀ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਚੰਨੀ ਸਾਹਿਬ ਸਰ, ਪਹਿਲਾਂ ਟੇਕ ਕੀ ਹੈ ਤੁਹਾਡਾ? ਮੈਂ ਇਹ ਕਹਿੰਦਾ ਹੈ ਕਿ ਇਨ ਦੀ ਲਾਰਜਰ ਪਬਲਿਕ ਇੰਟਰਸਟ, ਨੈਸ਼ਨਲ ਇੰਟਰਸਟ ਐਂਡ ਵਾਈਲ ਹੋਲਡਿੰਗ ਦੀ ਡਿਗਨਿਟੀ ਆਫ ਦੀ ਆਨਰੇਬਲ ਸੁਪਰੀਮ ਕੋਰਟ ਐਂਡ ਆਲਸੋ ਆਫ ਦੀ ਬਾਰ ਐਜ ਵੈਲ ਐਜ ਸ੍ਰੀ ਪ੍ਰਸ਼ਾਂਤ ਭੂਸ਼ਣ, ਇਹ ਇੱਕ ਬਹੁਤ ਅੱਛਾ ਮਚਿਓਰ ਫੈਸਲਾ ਹੋਇਆ, ਔਰ ਖਾਸ ਕਰਕੇ ਵਿਦ ਦੀ ਇੰਟਰਵੈਂਸ਼ਨ ਆਫ ਸ਼੍ਰੀ ਕੇ ਵੇਣੂਗੋਪਾਲ ਅਟਾਰਨੀ ਜਨਰਲ ਆਫ ਇੰਡੀਆ, ਜਿਨ੍ਹਾਂ ਨੇ ਇਹ ਸਲਾਹ ਦਿੱਤੀ ਕਿ ਅਸੀਂ ਇਸ ਗੱਲ ਨੂੰ ਇੱਕ ਤਾਂ ਮੁੱਕਦੀ ਹੋਵੇ ਬਹੁਤ ਅੱਛੀ ਗੱਲ ਹੈਗੀ ਹੈ, ਔਰ ਦੂਸਰਾ ਹੈਗਾ ਕਿ ਉਹ ਆਪਾਂ ਡਿਬੇਟ ਵਿੱਚ ਗੱਲ ਕਰਾਂਗੇ। ਮੈਂ ਇਨੀਸ਼ਲੀ ਇਹੀ ਕਹਾਂਗਾ ਕਿ ਬਹੁਤ ਸ਼ਲਾਘਾਯੋਗ ਫੈਸਲਾ ਹੈ, ਔਰ ਬਹੁਤ ਮੈਗਨੈਨਿਮਿਟੀ, ਬਹੁਤ ਮੈਚੋਰਿਟੀ ਸੁਪਰੀਮ ਕੋਰਟ ਦੇ ਬੈਂਚ ਨੇ ਸ਼੍ਰੀ AK ਮਿਸ਼ਰਾ ਜਸਟਿਸ ਐਂਡ ਹਿਜ਼ ਕਲੀਗਸ ਉਹਨਾਂ ਨੇ ਦਿਖਾਈ ਹੈ, ਔਰ ਇਹਦੀ ਕਾਫੀ ਪ੍ਰਸ਼ੰਸਾ ਹੋਈ ਹੈ ਈਵਨ ਫਰੋਮ ਦੀ ਕੌਂਸਲ ਆਫ ਮਿਸਟਰ ਪ੍ਰਸ਼ਾਂਤ ਭੂਸ਼ਣ, ਐਂਡ ਹੀ ਹੈਜ਼ ਆਲਸੋ ਵੈਰੀ ਗ੍ਰੇਸਫੁਲੀ ਐਕਸੈਪਟਡ ਦੀ ਪਨਿਸ਼ਮੈਂਟ। ਠੀਕ ਹੈ, ਹਰਦੀਪ ਸਿੰਘ ਕਿੰਗਰਾ ਸਰ, ਤੁਹਾਡਾ ਪਹਿਲਾ ਟੇਕ। ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਬਾਰੇ ਹੁਣੇ ਫਲੈਸ਼ ਆਇਆ ਕਿ ਉਹ ਨਹੀਂ ਰਹੇ ਜੀ, ਉਹਨਾਂ ਨੂੰ ਮੈਂ ਭਾਉ ਭੀਣੀ ਸ਼ਰਧਾਂਜਲੀ ਭੇਟ ਕਰਦਾ। ਵਨ ਆਫ ਦੀ ਫਾਈਨੈਸਟ ਪੋਲੀਟੀਸ਼ੀਅਨ ਇੰਡੀਆ ਪ੍ਰੋਡਿਊਸਡ, ਹੂ ਵਾਜ਼ ਅਬਵ ਦਾ ਪਾਰਟੀ, ਹੂ ਵਾਜ਼ ਅਬਵ ਐਵਰੀਥਿੰਗ, ਐਂਡ ਅ ਟਰੂ ਭਾਰਤੀ ਐਂਡ ਅ ਟਰੂ ਕਮਿਟਿਡ ਭਾਰਤੀ ਵੀ ਹੈਵ ਲੋਸਟ ਟੂਡੇ। ਇਟ ਇਜ਼ ਐਂਡ ਮਾਈ ਇੰਟਾਇਰ ਫੈਮਿਲੀ ਵਿਲ ਪੇ ਅਵਰ ਹੋਮੇਜ ਟੂ ਸੱਚ ਅ ਗ੍ਰੇਟ ਪੋਲੀਟੀਕਲ ਪਰਸਨੈਲਿਟੀ ਆਫ ਦੀ ਕੰਟਰੀ। ਹੁਣ ਇਹਦੇ 'ਚ ਇਸ ਤਰ੍ਹਾਂ ਹੈਗਾ ਕਿ ਜਦੋਂ ਸੁਪਰੀਮ ਕਿਸੇ ਨੂੰ ਕਹੀਏ ਆਪਾਂ, ਉਹ ਅਲਟੀਮੇਟ ਦੀ ਗੱਲ ਕਰਦੇ ਹਾਂ। ਕਹਿੰਦੇ ਨੇ ਬਾਣੀ ਦੇ ਅਨੁਸਾਰ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇਸ ਪੂਰੀ ਤੁਕ ਦੇ ਵਿੱਚ ਓੜਕ ਜਿਹੜਾ ਲਫ਼ਜ਼ ਹੈ ਉਹ ਸਭ ਤੋਂ ਇੰਪੋਰਟੈਂਟ ਹੈ। ਜੇ ਕਿਤੇ ਵੀ ਸੱਚ ਹਾਰਦਾ ਤਾਂ ਇਹਦਾ ਇਹ ਮਤਲਬ ਨਹੀਂ ਕਿ ਸੱਚ ਹਾਰ ਗਿਆ, ਇਹਦਾ ਇਹ ਮਤਲਬ ਹੈ ਕਿ ਹਲੇ ਓੜਕ ਨਹੀਂ ਆਇਆ। ਓੜਕ ਦੇ ਵਾਲੇ ਦਿਨ ਸੱਚ ਨੇ ਜਿੱਤਣਾ,
ਸੋ ਜਦੋਂ ਤੁਸੀਂ ਸੁਪਰੀਮ ਕੋਰਟ ਕਹਿੰਦੇ ਹੋ ਕਿਸੇ ਨੂੰ ਇਹ ਅਲਟੀਮੇਟ ਕੋਰਟ ਹੈ ਇਹ ਪਨਲਟੀਮੇਟ ਨਹੀਂ ਕਹਿੰਦੇ ਨੇ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਨੰਬਰ 1 ਹੋਣਾ ਤੇ ਨੰਬਰ 2 ਹੋਣਾ ਜ਼ਮੀਨ ਅਸਮਾਨ ਦਾ ਫਰਕ ਹੈ ਇਟ ਇਜ਼ 1000 ਟਾਈਮਸ ਮੋਰ ਰਿਸਪੋਨਸੀਬਲ ਐਂਡ ਪਾਵਰਫੁਲ ਸਿਮੀਲਰਲੀ ਆਵਰ ਸੁਪਰੀਮ ਕੋਰਟ ਇਜ਼ ਦੀ ਕੋਰਟ ਇਨ ਦਿਸ ਕੰਟਰੀ ਇਨ ਦ ਡੈਮੋਕ੍ਰੇਸੀ ਔਰ ਸੁਪਰੀਮ ਕੋਰਟ ਨੂੰ ਕੋਈ ਵੀ ਸਟੈਪ ਲੈਣ ਲੱਗਿਆ ਦੇ ਸ਼ੁੱਡ ਟ੍ਰੀਟ ਵੈਰੀ ਕੇਅਰਫੁਲੀ ਐਂਡ ਇਨ ਦਿਸ ਪਰਟੀਕੁਲਰ ਇਸ਼ੂ ਆਫ ਪ੍ਰਸ਼ਾਂਤ ਭੂਸ਼ਣ ਮੈਂ ਪਹਿਲਾਂ ਵੀ ਇਸ ਗੱਲ 'ਤੇ ਪੂਰਾ ਕੰਫੀਡੈਂਟ ਸੀ ਅਤੇ ਹੁਣ ਵੀ ਮੈਂ ਕਹਿ ਸਕਦਾ ਸੁਪਰੀਮ ਕੋਰਟ ਨੇ ਹਰ ਕਦਮ ਬੋਝ ਬੋਝ ਕੇ ਰੱਖਿਆ ਅਤੇ ਵੀਨੂ ਗੋਪਾਲ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਦੇਖੋ ਸਾਡੇ ਅਟਾਰਨੀ ਜਨਰਲ ਨੇ ਜਿਵੇਂ ਚੰਨੀ ਸਾਹਿਬ ਨੇ ਆਖਿਆ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਉਹਨਾਂ ਦੀ ਅਪੁਆਇੰਟੀ ਹੈ ਪਰ ਉਹਨਾਂ ਦਾ ਜਿਹੜਾ ਕੰਡਕਟ ਹੈ ਉਹ ਵੀ ਇੱਕ ਸ਼ਲਾਘਾਯੋਗ ਕੰਡਕਟ ਹੈ ਉਹ ਹਾਲਾਂਕਿ ਬੀਜੇਪੀ ਦਾ ਆਪਣਾ ਕੋਈ ਵੀ ਸਟੈਂਡ ਹੋ ਸਕਦਾ ਹੈ ਪਰ ਅਟਾਰਨੀ ਜਨਰਲ ਦਾ ਜਿਹੜਾ ਸਟੈਂਡ ਸੀਗਾ ਉਹ ਬੜਾ ਸਹੀ ਸੀਗਾ ਕੇਂਗਰਾ ਸਾਹਿਬ ਇਸ ਮਾਮਲੇ ਦੇ ਵਿੱਚ ਸਾਨੂੰ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਕੇਂਗਰਾ ਸਾਹਿਬ ਤੁਸੀਂ ਇੱਕ ਸਟੇਟਮੈਂਟ ਦਿੱਤੀ ਹੈ ਸੱਚ ਹਾਰ ਗਿਆ ਸੱਚ ਹਾਰ ਗਿਆ ਨਹੀਂ ਸੱਚ ਹਾਰਿਆ ਨਹੀਂ ਜਿਸ ਦਿਨ ਓੜਕ ਆਏਗਾ ਸੱਚ ਜਿੱਤੇਗਾ ਮੈਂ ਨਹੀਂ ਕਿਹਾ ਸੱਚ ਹਾਰਿਆ ਠੀਕ ਹੈ ਜੇ ਕਿਤੇ ਵੀ ਸੱਚ ਹਾਰਦਾ ਉਸ ਦਿਨ ਓੜਕ ਨਹੀਂ ਹੈਗਾ ਉਹ ਪਨਲਟੀਮੇਟ ਸਰਕਲ ਹੈ ਅਲਟੀਮੇਟ ਨਹੀਂ ਹੈਗਾ ਸੋ ਸੁਪਰੀਮ ਕੋਰਟ ਅਲਟੀਮੇਟ ਹੈ ਠੀਕ ਜਦੋਂ ਉਹਦਾ ਅਲਟੀਮੇਟ ਫੈਸਲਾ ਆਏਗਾ ਬਿਲਕੁਲ ਸੱਚਾ ਸੁੱਚਾ ਆਏਗਾ ਠੀਕ ਠੀਕ ਹੈ ਅਰਜੀਤ ਗੁਦਾਰਾ ਜੀ ਸਰ ਪਹਿਲਾ ਕਮੈਂਟ ਤੁਹਾਡਾ ਚਾਹੀਦਾ ਤੁਸੀਂ ਇਹ ਮੁਹਿੰਮ ਸ਼ੁਰੂ ਕੀਤੀ ਸੀ ਹਮ ਦੇਖਾਂਗੇ ਸਰ ਪਹਿਲਾ ਕਮੈਂਟ ਸਤਿਮੇਵ ਜਯਤੇ ਸੱਚ ਕੀ ਜੀਤ ਹੁੰਦੀ ਹੈ ਇਸ ਦੇਸ਼ ਦੇ ਵਿੱਚ ਸੰਵਿਧਾਨ ਸੱਚ ਬੋਲਣ ਦਾ ਅਧਿਕਾਰ ਦਿੰਦਾ ਹੈ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਸੀ ਕਿ ਮੈਂ ਆਪਣਾ ਬੋਨਾਫਾਈਡ ਓਪੀਨੀਅਨ ਐਕਸਪ੍ਰੈਸ ਕਰ ਰਿਹਾ ਹਾਂ ਜਿੱਦਾਂ ਮੈਂ ਉਹ ਟਵੀਟ ਦੇ ਵਿੱਚ ਕਿਹਾ ਕੰਟੈਂਪਟ ਹੋਣ ਤੋਂ ਬਾਅਦ ਉਹਨਾਂ ਨੇ ਜਵਾਬ ਦਿੱਤਾ 134 ਪੇਜ ਦਾ ਉਹਨਾਂ ਨੇ ਲਗਾਤਾਰ ਉਦਾਹਰਣ ਦਿੱਤੇ ਕਿੰਨੇ ਸਾਰੇ ਕੇਸਿਸ ਦਾ ਬਿਓਰਾ ਦਿੱਤਾ ਕਿ ਇਹ ਸਾਰੀ ਘਟਨਾਵਾਂ ਨੇ ਜਿਹਦੇ ਆਧਾਰ ਤੇ ਮੈਂ ਕਹਿ ਸਕਦਾ ਕਿ ਪਿਛਲੇ 6 ਸਾਲਾਂ ਦੇ ਵਿੱਚ ਦੇਸ਼ ਦੇ ਵਿੱਚ ਲੋਕਤੰਤਰ ਦਾ ਕਾਂਡ ਹੋਇਆ ਹੈ ਇਹਦੇ ਸੁਪਰੀਮ ਕੋਰਟ ਦੀ ਭੂਮਿਕਾ ਵੀ ਰਹੀ ਹੈ ਇਹ ਉਹਨਾਂ ਨੇ ਲਿਖ ਕੇ ਕਿਹਾ ਸੁਪਰੀਮ ਕੋਰਟ ਨੇ ਉਹਨਾਂ ਦੇ ਐਫੀਡੇਵਿਟ ਦੀ ਬਹੁਤ ਸਾਰੀ ਗੱਲਾਂ ਨੂੰ ਰਾਦਰ ਕਹੀਏ ਕੁਝ ਵੀ ਹਿੱਸਾ ਉਹਦਾ ਵਿਚਾਰ ਕੀਤੇ ਬਿਨਾਂ ਜੱਜਮੈਂਟ ਦੇ ਦਿੱਤਾ ਕਿਹਾ ਗਿਆ ਕਿ ਉਹਨਾਂ ਦਾ ਟਵੀਟ ਝੂਠਾ ਹੈ ਮੈਲੀਸ਼ੀਅਸ ਹੈ ਮੈਲੀਸ਼ੀਅਸ ਕਿਵੇਂ ਇਹਦੇ ਬਾਰੇ ਕੋਈ ਇੱਕ ਅੱਖਰ ਵੀ ਨਹੀਂ ਸੀਗਾ ਇਹ ਮੈਂ ਨਹੀਂ ਕਹਿ ਰਿਹਾ ਬਲਕਿ ਇਸ ਦੇਸ਼ ਦੇ ਬਹੁਤ ਵੱਡੇ ਵੱਡੇ ਵਕੀਲਾਂ ਨੇ ਲੇਖ ਲਿਖ ਕੇ ਕਿਹਾ ਉਸ ਤੋਂ ਬਾਅਦ ਸਜ਼ਾ ਦੀ ਗੱਲ ਆਈ ਸੁਪਰੀਮ ਕੋਰਟ ਨੇ ਕਿਹਾ ਮਾਫੀ ਮੰਗੋ ਪ੍ਰਸ਼ਾਂਤ ਭੂਸ਼ਣ ਨੇ 20 ਤਰੀਕ ਨੂੰ ਇੱਕ ਸਟੇਟਮੈਂਟ ਦਿੱਤੀ ਸੀ ਮੈਂ ਤੁਹਾਡੇ ਸਾਹਮਣੇ ਉਸ ਸਟੇਟਮੈਂਟ ਦਾ ਇੱਕ ਛੋਟਾ ਜਿਹਾ ਦੋ ਲਾਈਨਾਂ ਪੜ੍ਹਨਾ ਚਾਹਨਾ ਉਹਨਾਂ ਨੇ ਗਾਂਧੀ ਨੂੰ ਮਹਾਤਮਾ ਗਾਂਧੀ ਨੂੰ ਯਾਦ ਕਰਦੇ ਹੋਇਆ ਉਹਨਾਂ ਦੇ ਇੱਕ ਬਿਆਨ ਨੂੰ ਪ੍ਰੈਫਰੈਂਸ ਕਰਦੇ ਹੋਇਆ ਕਿਹਾ ਸੀ ਕਿ ਆਈ ਐਮ ਹੇਅਰ ਉਹਨਾਂ ਨੇ ਕਿਹਾ ਸੀ ਐਂਡ ਆਈ ਡੂ ਨੋਟ ਆਸਕ ਫੋਰ ਮਰਸੀ ਆਈ ਡੂ ਨੋਟ ਅਪੀਲ ਟੂ ਮੈਗਨਿਮਿਟੀ ਨਾ ਮੈਂ ਮਾਫੀ ਮੰਗਾਂਗਾ ਨਾ ਮੈਂ ਉਦਾਰਤਾ ਦੀ ਅਪੀਲ ਕਰਾਂਗਾ ਆਈ ਐਮ ਹੇਅਰ ਦੇਰਫੋਰ ਟੂ ਚੇਅਰਫੁਲੀ ਸਬਮਿਟ ਟੂ ਐਨੀ ਪੈਨਲਟੀ ਦੈਟ ਕੈਨ ਲੋਫਲੀ ਬੀ ਇਨਫਲਿਕਟਿਡ ਅਪੋਨ ਮੀ ਫੋਰ ਵਟ ਦਾ ਕੋਰਟ ਹੈਜ਼ ਡਿਟਰਮਾਈਨਡ ਟੂ ਬੀ ਐਨ ਆਫੈਂਸ ਐਂਡ ਵਟ ਅਪੀਅਰਸ ਟੂ ਮੀ ਟੂ ਬੀ ਦਾ ਹਾਈਐਸਟ ਡਿਊਟੀ ਆਫ ਸਿਟੀਜ਼ਨ ਉਹਨਾਂ ਨੇ ਗਾਂਧੀ ਨੂੰ ਯਾਦ ਕਰਦੇ ਹੋਇਆ ਕਿਹਾ ਮੇਰਾ ਇੱਕ ਨਾਗਰਿਕ ਦੇ ਨਾਤੇ ਫਰਜ਼ ਬਣਦਾ ਹੈ ਕਿ ਅਦਾਲਤ ਆਪਦੇ ਅਧਿਕਾਰ ਦਿੱਤਾ ਮੈਨੂੰ ਜੋ ਵੀ ਸਜ਼ਾ ਦੇਵੇ ਮੈਂ ਉਹਨੂੰ ਖੁਸ਼ੀ ਖੁਸ਼ੀ ਸਵੀਕਾਰ ਕਰਾਂਗਾ ਇਸ ਦੇਸ਼ ਦੇ ਵਿੱਚ ਇਤਿਹਾਸ ਦੇ ਵਿੱਚ ਬਹੁਤ ਸਾਰੀ ਘਟਨਾਵਾਂ ਨੇ ਗਾਂਧੀ ਤੋਂ ਇਲਾਵਾ ਵੀ ਨੇ ਜਦੋਂ ਲੋਕਾਂ ਨੇ ਕਿਹਾ ਜਿਹੜੇ ਸੱਚ ਵਾਸਤੇ ਖੜੇ ਹੋਏ ਪ੍ਰਸ਼ਾਂਤ ਭੂਸ਼ਣ ਨੇ ਵੀ ਉਹੀ ਕਿਹਾ ਪ੍ਰਸ਼ਾਂਤ ਭੂਸ਼ਣ ਨੇ ਦੁਬਾਰਾ ਫਿਰ 25 ਤਾਰੀਖ ਨੂੰ ਵੀ ਉਹੀ ਗੱਲ ਕਈ ਸਟੇਟਮੈਂਟ ਦਿੰਦੇ ਹੋਏ ਦੁਹਰਾਈ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਨਹੀਂ ਤੁਸੀਂ ਮਾਫੀ ਮੰਗ ਲਓ ਤੁਹਾਡਾ ਕੀ ਵਿਗੜ ਜਾਏਗਾ ਉਸ ਦਿਨ ਅਟਾਰਨੀ ਜਨਰਲ ਪੇਸ਼ ਹੋਏ ਉਹਨਾਂ ਨੇ ਕਿਹਾ ਸਜ਼ਾ ਨਹੀਂ ਦੇਣੀ ਚਾਹੀਦੀ ਠੀਕ ਹੈ ਜੀ ਗੁਰਦਾਰ ਸਾਹਿਬ ਮੈਂ ਤਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ ਜੀ ਗੁਰਦਾਰ ਸਾਹਿਬ ਵਾਪਸ ਆਉਂਗਾ ਤੁਹਾਡੇ ਕੋਲ ਸਰ ਵਾਪਸ ਆਉਂਗਾ ਰਾਜੀਵ ਧਨ ਨੇ ਕਿਹਾ ਕਿ ਤੁਸੀਂ ਮਾਫੀ ਲੈਣ ਵਾਸਤੇ ਕੋਰਸੀ ਮੈਥਡ ਯੂਜ਼ ਕਰ ਰਹੇ ਹੋ ਉਸ ਤੋਂ ਬਾਅਦ ਜੱਜਮੈਂਟ ਆਇਆ ਪ੍ਰਸ਼ਾਂਤ ਭੂਸ਼ਣ ਨੇ ਆਪਦੇ ਉਸੇ ਸਟੇਟਮੈਂਟ ਦੇ ਨਾਲ ਖੜੇ ਹੋ ਕੇ ਕਿਹਾ ਮੈਂ ਜੁਰਮਾਨਾ ਭਰਾਂਗਾ ਰਿਵਿਊ ਫਾਈਲ ਕਰਨਾ ਇਹਦੇ ਰਿਟ ਫਾਈਲ ਕਰਨਾ ਇਸ ਆਰਡਰ ਨੂੰ ਚੈਲੰਜ ਕਰਨਾ ਜਿਹੜਾ ਸਜ਼ਾ ਦਾ ਸੀਗਾ ਦੋਸ਼ੀ ਠਹਿਰਾਉਣ ਦਾ ਤੇ ਅੱਜ ਵਾਲਾ ਇਹ ਦੋਵਾਂ ਨੂੰ ਮੈਂ ਚੈਲੰਜ ਕਰਾਂਗੇ ਮੇਰਾ ਅਧਿਕਾਰ ਹੈ ਪਰੰਤੂ ਇਸ ਦੇਸ਼ ਦੇ ਲੋਕਤੰਤਰ ਦੀ ਸਨਮਾਨ ਕਰਦੇ ਹੋਏ ਸੰਵਿਧਾਨ ਤੇ ਸੁਪਰੀਮ ਕੋਰਟ ਦਾ ਸਨਮਾਨ ਮੈਂ ਕਰਦਾ ਹਾਂ ਇਸ ਕਰਕੇ ਮੈਂ ਜੁਰਮਾਨਾ ਵੀ ਭਰਾਂਗਾ ਆਪਦੀ ਗੱਲ ਵੀ ਕਰਾਂਗਾ ਇੱਕ ਅਪੀਲ ਹੋਰ ਕੀਤੀ ਗਈ ਸਰ ਇੱਕ ਲਾਈਨ ਬਸ ਉੱਥੇ ਕਿਹਾ ਗਿਆ ਕਿ ਅਸੀਂ ਇੱਕ ਨੈਸ਼ਨ ਵਾਈਡ ਫੰਡ ਕ੍ਰੀਏਟ ਕਰ ਰਹੇ ਕਰਾਂਗੇ ਜੇ ਲੋਕ ਜਿਹਦੇ ਵਿੱਚ ਇੱਕ ਇੱਕ ਰੁਪਇਆ ਦੇਣਗੇ ਜਿਹੜਾ ਕਾਹਦੇ ਵਾਸਤੇ ਹੋਏਗਾ ਇਸ ਦੇਸ਼ ਦੇ ਵਿੱਚ ਸੱਚ ਦੇ ਜਿਹੜੇ ਯੋਧਾ ਨੇ ਸੱਚ ਵਾਸਤੇ ਲੜਨ ਵਾਲੇ ਜਿਹੜੇ ਯੋਧਾ ਜੇਲ੍ਹਾਂ ਦੇ ਵਿੱਚ ਨੇ ਜਿਹੜੇ ਲੜ ਰਹੇ ਨੇ ਉਹਨਾਂ ਵਾਸਤੇ ਇਸਤੇਮਾਲ ਹੋਏਗਾ ਨਾਲ ਹੀ ਅਸੀਂ ਇਸ ਦੇਸ਼ ਦੇ ਲੋਕਾਂ ਦੀ ਨਾਗਰਿਕਾਂ ਦੀ ਚੇਤਨਾ ਦੀ ਜਿਹੜੀ ਆਜ਼ਾਦੀ ਹੈ ਉਸ ਭਾਵ ਨੂੰ ਸੈਲੀਬ੍ਰੇਟ 2 ਸਪਟੰਬਰ ਤੋਂ ਲੈ ਕੇ 2 ਅਕਤੂਬਰ ਤੱਕ ਕਰਾਂਗੇ ਜਿੱਥੇ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਜਾਏਗਾ ਇਹ ਪੂਰਾ ਮਹੀਨਾ ਇਹ ਹੋਏਗਾ ਇਸ ਕਰਕੇ ਇਹ ਅੱਜ ਬਹੁਤ ਵੱਡੇ ਇਤਿਹਾਸਿਕ ਦਿਨ ਹੈ ਜਦੋਂ ਐਡਾ ਵੱਡਾ ਫੈਸਲਾ ਜਾਂ ਐਡਾ ਵੱਡਾ ਇੱਕ ਸਟੇਟਮੈਂਟ ਲੋਕਾਂ ਦਾ ਆ ਰਿਹਾ ਲੋਕ ਗੱਲ ਕਰ ਰਹੇ ਨੇ ਲੋਕ ਕਹਿ ਰਹੇ ਨੇ ਕਿ ਸੱਚ ਦੀ ਜਿੱਤ ਹੋਈ ਹੈ ਸੱਚ ਦੀ ਠੀਕ ਹੈ ਜੀ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆ ਰਿਹਾ ਜੀ
ਤੁਸੀਂ ਕਹਿ ਰਹੇ ਹੋ ਕਿ ਜੁਰਮਾਨਾ ਵੀ ਭਰਨਗੇ ਅਤੇ ਇਸ 'ਤੇ ਰਿਵਿਊ ਪਟੀਸ਼ਨ ਵੀ ਪਾਉਣਗੇ। ਸਵਾਲ ਜਿਹੜਾ ਇੱਕ ਖੜਾ ਕੀਤਾ ਜਾ ਰਿਹਾ, ਸਵਾਲ ਇਹ ਖੜਾ ਕੀਤਾ ਜਾ ਰਿਹਾ, ਉਹਨਾਂ ਨੇ ਜੁਰਮਾਨਾ ਹੀ ਕਿਉਂ ਚੁਣਿਆ, ਜੇਲ੍ਹ ਕਿਉਂ ਨਹੀਂ ਚੁਣੀ? ਇਹ ਵੀ ਸਵਾਲ ਖੜਾ ਕੀਤਾ ਜਾ ਰਿਹਾ ਕਿ ਵਕਾਲਤ 'ਤੇ ਪਾਬੰਦੀ ਲੱਗਣੀ ਸੀ, ਇਸ ਕਰਕੇ ਨਹੀਂ ਜੇਲ੍ਹ ਚੁਣੀ, ਜਾਂ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋ ਸਕਦੀਆਂ ਸੀ। ਬਹੁਤ ਸਾਰੀ ਬਹਿਸ ਸ਼ੁਰੂ ਹੋ ਚੁੱਕੀ ਹੈ, ਪਰ ਸਵਾਲ ਇਹ ਹੈਗਾ ਕਿ ਪ੍ਰਸ਼ਾਂਤ ਭੂਸ਼ਣ 'ਤੇ ਕਿਹੜੀ ਬਹਿਸ ਬਾਕੀ ਹੈ? ਇਹ ਬਹਿਸ ਬਾਕੀ ਹੈ ਜਿਹੜਾ ਇਹਨਾਂ ਨੇ ਕਿਹਾ ਵੀ ਨੈਸ਼ਨਲ ਮੂਵਮੈਂਟ ਬਣਾਵਾਂਗੇ 1 ਰੁਪਏ ਵਾਲੀ, ਇਹ ਬਹਿਸ ਬਾਕੀ ਹੈ? ਗਾਂਧੀ, ਮਹਾਤਮਾ ਗਾਂਧੀ ਨੂੰ ਜਿਸ ਤਰੀਕੇ ਨਾਲ ਪ੍ਰਭਾਸ਼ਿਤ ਕੀਤਾ ਜਾ ਰਿਹਾ, ਉਹ ਬਹਿਸ ਬਾਕੀ ਹੈ? ਸਾਰੇ ਸਵਾਲ ਹੋਣਗੇ ਵਾਪਸ ਆ ਰਹੇ। ਸਵਾਲ ਇੱਕੋ ਪੁੱਛ ਰਹੇ, ਬੜਾ ਸੋਲਸੀਆ ਪੁੱਛ ਰਹੇ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਸਟੈਂਡ 'ਤੇ ਸਜ਼ਾ ਨਾਲ ਦੇਸ਼ ਵਿੱਚ ਕਿਹੜੇ ਸਵਾਲ ਖੜੇ ਹੋਏ? ਗੁਰਦਾਰ ਸਾਹਿਬ, ਸਰ ਸਵਾਲ ਇਹ ਲਗਾਤਾਰ ਪੁੱਛਿਆ ਜਾ ਰਿਹਾ, ਉਸੇ ਪਲੇਟਫਾਰਮ 'ਤੇ ਪੁੱਛਿਆ ਜਾ ਰਿਹਾ ਜਿਸ ਪਲੇਟਫਾਰਮ 'ਤੇ ਤੁਸੀਂ ਇਹ ਸਾਰੀ ਮੁਹਿੰਮ ਖੜੀ ਕੀਤੀ ਸੀ, ਡਿਬੇਟ ਖੜੀ ਕੀਤੀ ਸੀ। ਉਹ ਪਲੇਟਫਾਰਮ ਇਹ ਸਵਾਲ ਕਰ ਰਿਹਾ ਕਿ 1 ਰੁਪਇਆ ਜੁਰਮਾਨਾ ਹੀ ਕਿਉਂ ਚੁਣਿਆ ਗਿਆ ਪ੍ਰਸ਼ਾਂਤ ਭੂਸ਼ਣ ਵੱਲੋਂ? ਰਜੀਵ ਗੁਦਾਰਾ ਸਾਹਿਬ, ਸਰ ਸੰਖੇਪ ਵਿੱਚ ਜਵਾਬ ਦੇ ਦਿਓ ਪਲੀਜ਼। ਸਰ ਪਹਿਲਾ ਕਮੈਂਟ ਮੈਂ ਵੀ ਪੜ੍ਹੇ, ਮੈਂ ਕਈ ਵਕੀਲਾਂ ਦੇ ਬਿਆਨ ਵੀ ਪੜ੍ਹੇ ਇਸ ਤਰ੍ਹਾਂ ਦੇ, ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ ਜਾਂ ਜਿਨ੍ਹਾਂ ਨੇ ਤੈਅ ਕਰ ਲਿਆ ਕਿ ਉਹਨਾਂ ਲਿਖਿਆ ਪੜ੍ਹਨਾ ਨਹੀਂ ਗਾ, ਉਹ ਇਹ ਸਵਾਲ ਕਰਦੇ ਨੇ। ਪ੍ਰਸ਼ਾਂਤ ਭੂਸ਼ਣ ਨੇ ਕਿਹਾ ਸੀ ਕੋਰਟ ਮੈਨੂੰ ਜੋ ਸਜ਼ਾ ਦੇਵੇਗੀ ਮੈਂ ਉਹ ਸਹਿਰ ਸਵੀਕਾਰ ਕਰਾਂਗਾ। ਕੋਰਟ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ 1 ਰੁਪਇਆ ਜੁਰਮਾਨਾ, ਕੋਰਟ ਉਹਨਾਂ ਨੂੰ ਸਜ਼ਾ ਵੀ ਦੇ ਸਕਦੀ ਸੀ ਜੇਲ੍ਹ ਜਾਣ ਦੀ ਵੀ, ਦੋਵੇਂ ਸਜ਼ਾ ਨੇ, ਉਹਨਾਂ ਨੇ ਸਜ਼ਾ ਸਵੀਕਾਰ ਕੀਤੀ ਹੈ। ਜਿਹੜੀ ਦੂਜੀ ਗੱਲ ਹੈ ਕਿ ਉਹ 1 ਰੁਪਇਆ ਨਾ ਦੇਣਗੇ ਤਾਂ ਜੇਲ੍ਹ ਜਾਣਗੇ, ਮਤਲਬ ਜੋ ਡਿਫਾਲਟ ਕਰਨਗੇ, ਕੋਰਟ ਨੇ ਜਿਹੜੀ ਸਜ਼ਾ ਦਿੱਤੀ ਉਹਨੂੰ ਸਵੀਕਾਰ ਨਾ ਕਰਨਗੇ, ਉਹਨੂੰ ਪੂਰਾ ਨਹੀਂ ਕਰਨਗੇ, ਤਾਂ ਉਹਨਾਂ ਨੂੰ ਉਸ ਚੂਕ ਕਰਨ ਦੇ, ਕੋਤਾਹੀ ਕਰਨ ਦੇ ਵਾਸਤੇ ਜੇਲ੍ਹ ਜਾਣਾ ਪਏਗਾ। ਇਸ ਦੇਸ਼ ਦੇ ਵਿੱਚ ਗਾਂਧੀ ਹੋਵੇ, ਤਿਲਕ ਹੋਵੇ, ਭਗਤ ਸਿੰਘ ਹੋਵੇ, ਅਦਾਲਤਾਂ ਨੇ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਉਹਨਾਂ ਨੇ ਹੱਸ ਕੇ ਉਹਨੂੰ ਸਵੀਕਾਰ ਕੀਤਾ ਸੀ। ਪ੍ਰਸ਼ਾਂਤ ਭੂਸ਼ਣ ਵੀ ਜਿਹੜੀ ਅਦਾਲਤ ਨੇ ਸਜ਼ਾ ਦਿੱਤੀ ਉਹਨੂੰ ਸਵੀਕਾਰ ਕਰ ਰਹੇ ਨੇ। ਕੋਤਾਹੀ ਕੀਤੀ ਗਈ ਇਸ ਦੇਸ਼ ਦੇ ਵਿੱਚ, ਨੀਰਵ ਮੋਦੀ ਤੇ ਮਾਲਿਆ ਨੇ ਉਹ ਕੋਤਾਹੀ ਕੀਤੀ, ਕੋਰਟਾਂ ਦੀ ਜਿਹੜੀ ਸਜ਼ਾ ਸੀਗੀ ਉਹਨਾਂ ਨੇ ਮਾਲਿਆ ਦੇ ਜਦੋਂ ਮਾਮਲਾ ਆਇਆ ਉਹ ਵਿਦੇਸ਼ ਭੱਜ ਗਏ। ਬਹੁਤ ਸਾਰੇ ਬਦਮਾਸ਼ ਭਗੌੜੇ ਹੋ ਜਾਂਦੇ ਨੇ ਜਦੋਂ ਅਦਾਲਤਾਂ ਦੇ ਫੈਸਲੇ ਆਉਂਦੇ ਨੇ, ਜਿਹੜੇ ਸੱਚ ਦੇ ਯੋਧਾ ਹੁੰਦੇ ਨੇ ਉਹ ਜਦੋਂ ਅਦਾਲਤ ਦਾ ਫੈਸਲਾ ਆਉਂਦਾ ਉਹਨੂੰ ਐਜ ਇਟ ਇਜ਼ ਸਵੀਕਾਰ ਕਰਦੇ ਨੇ। ਤੇ ਸਮਝਣਾ ਚਾਹੀਦਾ ਕਿ ਸਜ਼ਾ ਜਿਹੜੀ ਹੈ ਉਹ 1 ਰੁਪਇਆ ਹੈ, ਜੇ ਉਹ ਸਜ਼ਾ ਨਹੀਂ ਮੰਨਣਗੇ ਫਿਰ ਅਗਲੀ ਗੱਲ ਹੈ ਕਿ ਉਹਨਾਂ ਨੂੰ 3 ਸਾਲ ਬਾਅਦ। ਗੁਰਦਾਰਾ ਸਾਹਿਬ ਤੁਸੀਂ ਹੁਣ ਵੀ ਗਾਂਧੀ, ਤਿਲਕ ਤੇ ਭਗਤ ਸਿੰਘ ਦਾ ਜ਼ਿਕਰ ਕੀਤਾ ਸਰ, ਤੁਸੀਂ ਸਰ ਪ੍ਰਸ਼ਾਂਤ ਭੂਸ਼ਣ ਦੀ ਤੁਲਨਾ ਕਰ ਰਹੇ ਹੋ ਸਰ ਗਾਂਧੀ, ਤਿਲਕ ਤੇ ਭਗਤ ਸਿੰਘ ਨਾਲ? ਕੇਪੀ ਜੀ, ਮੈਂ ਉਮੀਦ ਕਰਾਂਗਾ ਕਿ ਤੁਸੀਂ ਮੇਰੇ ਕਹੇ ਨੂੰ ਠੀਕ ਸੰਦਰਭ 'ਚ ਸਮਝੋਗੇ। ਮੈਂ ਉਹਨਾਂ ਨੂੰ ਕਿਹਾ ਇਸ ਦੇਸ਼ ਦੇ ਵਿੱਚ ਉਹਨਾਂ ਲੋਕਾਂ ਨੇ ਪ੍ਰੇਰਣਾ ਜਗਾਈ ਸੀ, ਅਲਖ ਜਗਾਈ ਸੀ ਸੱਚ ਦੇ ਨਾਲ ਹਿੰਮਤ ਨਾਲ ਖੜੇ ਹੋਣ ਦੀ, ਉਸ ਅਲਖ ਨੂੰ ਭਗਤ ਕੱਲਾ ਪ੍ਰਸ਼ਾਂਤ ਭੂਸ਼ਣ ਨਹੀਂ, ਇਸ ਦੇਸ਼ ਦੇ ਵਿੱਚ ਲੱਖਾਂ ਲੱਖਾਂ ਲੋਕ ਉਸ ਪ੍ਰੇਰਣਾ ਤੇ ਚੱਲਦੇ ਨੇ, ਉਸ ਅਲਖ ਨੂੰ ਸਵੀਕਾਰ ਕਰਦੇ ਨੇ, ਉਹਨਾਂ ਤੋਂ ਸਿੱਖ ਕੇ ਉਸ ਕਦਮਾਂ ਤੇ ਚੱਲਦੇ ਨੇ। ਪ੍ਰਸ਼ਾਂਤ ਭੂਸ਼ਣ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਮੈਂ ਕਿਹਾ ਕਿ ਉਹਨਾਂ ਨੇ ਵੀ ਸਵੀਕਾਰ ਕੀਤਾ ਸੀ ਤੇ ਇਹਨਾਂ ਨੇ ਵੀ ਸਵੀਕਾਰ ਕੀਤਾ ਹੈ, ਇਹ ਕਿੱਥੋਂ ਆ ਗਿਆ ਕਿ ਉਹਦੇ ਬਰਾਬਰੀ ਕਰ ਰਿਹਾ? ਬਰਾਬਰ ਕੋਈ ਕਿਸੇ ਦੇ ਨਹੀਂ ਹੁੰਦਾ। ਠੀਕ ਹੈ ਸਰ। ਚੰਨੀ ਸਾਹਿਬ, ਸਰ ਤੁਹਾਡੀ ਪਾਰਟੀ ਵੱਲੋਂ ਇਹ ਸਵਾਲ ਖੜਾ ਹੋ ਰਿਹਾ ਕਿ 1 ਰੁਪਇਆ ਜੁਰਮਾਨਾ ਕਿਉਂ ਭਰਿਆ ਗਿਆ ਜਾਂ ਭਰਿਆ ਜਾਣਾ? ਸਭ ਤੋਂ ਪਹਿਲਾਂ ਤਾਂ ਹੁਣ ਜਿਵੇਂ ਹਰਦੀਪ ਜੀ ਨੇ ਦੱਸਿਆ ਕਿ ਸਾਡੇ ਪੂਰਵ ਰਾਸ਼ਟਰਪਤੀ ਸ਼੍ਰੀ ਪ੍ਰਧਾਨ ਮੁਖਰਜੀ ਦਾ ਦੇਹਾਂਤ ਹੋ ਗਿਆ। ਮੈਂ ਆਪਣੇ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਨਮਨ ਔਰ ਸ਼ਰਧਾ ਦੇ ਫੁੱਲ ਭੇਟ ਕਰਦਾ। ਔਰ ਉਹ ਇਕੱਲੇ ਫਾਰਮਰ ਪ੍ਰੈਜੀਡੈਂਟ ਨਹੀਂ ਸੀ, ਹੀ ਵਾਜ਼ ਏ ਗ੍ਰੇਟ ਸਟੇਟਸਮੈਨ, ਔਰ ਖਾਸ ਕਰਕੇ ਜਿੰਨਾ ਸਤਿਕਾਰ ਉਹਨਾਂ ਨੇ ਸ਼ਾਇਦ ਆਪਣੀ ਸਰਕਾਰ ਵੇਲੇ ਨਹੀਂ ਲਿਆ, ਜਿੱਦਾਂ ਸਰਕਾਰ ਹੁਣ ਦੀ ਸਰਕਾਰ ਨੇ ਉਹਨਾਂ ਨੂੰ ਸਤਿਕਾਰ ਸ਼੍ਰੀ ਮੋਦੀ ਤੇ ਔਰ ਸਾਰੀ ਸਰਕਾਰ ਨੇ ਹੁਣ ਦਿੱਤਾ। ਔਰ ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੋਏਗਾ। ਜਿੱਥੋਂ ਤੱਕ ਇਹ ਗੱਲ ਗੋਦਰਾ ਸਾਹਿਬ ਕਹਿ ਰਹੇ ਨੇ ਕਿ ਇਹ ਇੱਕ ਉਹਦਾ ਰਾਈਟ ਹੈਗਾ ਉੱਪਰ ਪ੍ਰਸ਼ਾਂਤ ਭੂਸ਼ਣ ਜੀ ਦਾ, ਇੱਕ ਤਾਂ ਜਿਹੜੀ ਸਜ਼ਾ ਹੈ 1 ਰੁਪਈਆ ਹੋਈ ਹੈ, ਜੇ 1 ਰੁਪਈਆ ਨਹੀਂ ਉਹ ਭਰਨਗੇ ਤਾਂ 3 ਮਹੀਨੇ ਦੀ ਕੈਦ ਹੈ ਜਾਂ 3 ਸਾਲ ਵਾਸਤੇ ਉਹ ਪ੍ਰੈਕਟਿਸ ਨਹੀਂ ਕਰ ਸਕਦੇ। ਤਿੰਨੇ ਸਜ਼ਾ ਨਹੀਂ ਹੈਗੇ, 1 ਸਜ਼ਾ ਹੈ, ਸਜ਼ਾ ਸਿਰਫ 1 ਰੁਪਏ ਦੀ ਹੈ, ਉਹ ਡਿਫਾਲਟ ਦੇ ਵਿੱਚ ਦੂਜੀ ਹੈਗੀ। ਦੂਸਰਾ ਜਿਹੜਾ ਉਹਨਾਂ ਦਾ ਰਾਈਟ ਹੈਗਾ ਟੂ ਫਾਈਲ ਦੀ ਰਿਵਿਊ ਪਟੀਸ਼ਨ, ਉਹ ਉਹਨਾਂ ਦਾ ਕਾਨੂੰਨ ਅਧਿਕਾਰ ਹੈਗਾ, ਉਹ ਹਮੇਸ਼ਾ ਕਰ ਸਕਦੇ ਨੇ। ਸਰ ਤੁਹਾਡੇ ਸਰ ਚੰਨੀ ਸਾਹਿਬ, ਤੁਹਾਡੇ ਬੀਜੇਪੀ ਦੇ ਲੀਡਰ ਕਹਿ ਰਹੇ, 1 ਕਹਿ ਰਹੇ ਆ ਫਾਈਨ ਇਕੁਅਲ ਟੂ ਅਪੋਲੋਜੀ, ਇਹਦਾ ਕੀ ਜਵਾਬ ਦੋਗੇ ਸਰ? ਦੇਖੋ, ਜਿਹੜੀ ਕਨਵੈਕਸ਼ਨ ਹੁੰਦੀ ਹੈ ਉਹ ਕਨਵੈਕਸ਼ਨ ਹੋ ਗਈ ਹੈ, ਜਿਹੜਾ ਫਾਈਨ ਭਰਨਾ ਹੈ ਉਹਦਾ ਮਤਲਬ ਹੈਗਾ ਕਿ ਉਹਨਾਂ ਨੇ ਸਤਿਕਾਰ ਕੀਤਾ ਹੈ ਆਨਰੇਬਲ ਸੁਪਰੀਮ ਕੋਰਟ ਦੇ ਫੈਸਲੇ ਦਾ, ਔਰ ਉਹਨੂੰ ਉਹ ਇਟਸ ਦ ਮੋਰ ਦੈਨ ਅਪੋਲੋਜੀ ਮੈਂ ਕਹੂੰਗਾ ਹੈਗੀ ਹੈ, ਕਿਉਂਕਿ ਜਿਹੜਾ ਤੁਸੀਂ ਇਸ ਨੂੰ ਅਪੋਲੋਜੀ ਮੰਨਦੇ ਹੋ ਸਰ? ਸਵੀਕਾਰ ਕੀਤਾ ਔਰ ਇਸ ਕੇ ਆਈ
I happily accept the verdict and I'm going to pay the fine. ਤੁਸੀਂ ਆਪਦੇ ਲੀਡਰਾਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਇਹੋ ਜਿਹੇ ਬਿਆਨ ਦਿੱਤੇ ਆ? ਪ੍ਰਸ਼ਾਂਤ ਭੂਸ਼ਣ ਨੇ ਕਦੇ ਅਪੋਲੋਜੀ ਨਹੀਂ ਸਾਹਮਣੇ ਕੋਰਟ ਦੇ ਅਪੋਲੋਜਾਈਜ਼ ਕੀਤਾ। ਉਹਨਾਂ ਨੂੰ ਜਦੋਂ ਕਿਹਾ ਗਿਆ ਤਾਂ ਉਹਨਾਂ ਨੇ ਕਿਹਾ ਵੀ ਜੇ ਮੈਂ ਅਪੋਲੋਜਾਈਜ਼ ਕਰਾਂਗਾ ਤਾਂ ਇਹ ਮੈਂ ਆਪਣੇ ਪ੍ਰਤੀ ਕੰਟੈਂਪਟ ਕਰਾਂਗਾ। ਉਹ ਮੇਰੀ ਕਾਨਸ਼ੀਅਸ ਦੇ ਮੇਰੀ ਕੰਸੈਂਸ ਦੇ ਅਗੇਂਸਟ ਜਿਹੜੀ ਇਹ ਗੱਲ ਹੋਏਗੀ, ਚਾਹੇ ਮੈਂ ਕੋਰਟ ਦਾ ਕੰਟੈਂਪਟ ਨਹੀਂ ਹੋਊਗਾ ਪਰ ਆਪਣਾ ਮੈਂ ਕੰਟੈਂਪਨਰ ਹੋਊਗਾ, ਜਿਹੜਾ ਕਿ ਬੜੀ ਵੱਡੀ ਸਜ਼ਾ ਹੈ। ਇਹਨੂੰ ਬਹੁਤ ਵੱਡੇ ਫਿਲਾਸਫਰਾਂ ਨੇ ਕਿਹਾ ਕਿ ਸਭ ਤੋਂ ਵੱਡਾ ਜੇ ਤੁਹਾਨੂੰ ਕੋਈ ਸਜ਼ਾ ਦੇ ਸਕਦਾ ਤਾਂ ਤੁਹਾਡਾ ਆਪਣਾ ਆਪ ਦੇ ਸਕਦਾ। ਦੂਜੀ ਗੱਲ ਜਿਹੜੀ ਜੁਰਮਾਨੇ ਦੀ ਹੈ, ਜਿਹੜਾ ਕੋਰਟ ਦਾ ਫੈਸਲਾ ਹੈ ਉਹ ਹੈ ਕਿ 1 ਰੁਪਿਆ ਜੁਰਮਾਨਾ ਕੀਤਾ ਜਾਂਦਾ ਹੈ। ਇਹ ਜੁਰਮਾਨਾ ਨਾ ਭਰਨ ਦੀ ਸਥਿਤੀ ਦੇ ਵਿੱਚ 3 ਮਹੀਨੇ ਕੈਦ ਜਾਂ 3 ਸਾਲ ਦਾ ਲਾਇਸੈਂਸ। ਜਿਹੜੀ ਸਜ਼ਾ ਹੈ ਉਹ ਜੁਰਮਾਨਾ ਹੈ, ਉਹ ਸਜ਼ਾ। ਪ੍ਰਸ਼ਾਂਤ ਭੂਸ਼ਣ ਅੱਜ ਕਹਿਣ ਮੈਂ ਤਾਂ ਕੈਦ ਹੋਊਂਗਾ, ਮੈਂ ਤਾਂ ਜੁਰਮਾਨਾ ਨਹੀਂ ਭਰਨਾ ਗਾ। ਜੇ ਭਰ ਜੇ 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 ਸਜ਼ਾ ਲੈਣੀ ਹੈ ਤਾਂ ਫਿਰ ਪਹਿਲੀ ਸਜ਼ਾ ਲੈਣੀ ਪਏਗੀ, ਠੀਕ ਹੈ। ਉਹ ਨਾ ਭਰਨ ਦੀ ਸਥਿਤੀ 'ਚ ਹੋਏਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਨੇ ਨਾ ਇਸ ਕੇਸ ਨੂੰ, ਪਹਿਲੀ ਗੱਲ ਤਾਂ ਪੋਲੀਟੀਕਲ ਹਵਾ ਨਹੀਂ ਦੇਣੀ ਚਾਹੀਦੀ। ਇਹ ਇਸ ਲੋਕ ਰਾਜ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਵਾਲ ਪ੍ਰਸ਼ਾਂਤ ਭੂਸ਼ਣ ਜੀ ਨੇ ਖੜਾ ਕੀਤਾ, ਜਿਹੜਾ ਕਿ ਸਾਨੂੰ ਸੋਚਣਾ ਪਵੇਗਾ। ਭਾਰਤ ਦੀ ਜਿਹੜੀ ਉੱਚ ਨਿਆਲਿਆ ਉਹਦੇ ਕੋਲੇ ਐਸਾ ਕਿਹੜਾ ਸਾਧਨ ਹੈ ਜਿਹਦੇ ਨਾਲ ਉਹ ਲੋਕਾਂ ਦੀ ਰਾਏ ਮਸ਼ਵਰਾ ਜਾਂ ਸੁਪਰੀਮ ਕੋਰਟ ਦੇ ਪ੍ਰਤੀ ਲੋਕਾਂ ਦੀ ਕੀ ਰਾਏ ਹੈ ਉਹਨੂੰ ਉਹ ਅੰਡਰਸਟੈਂਡ ਕਰ ਸਕੇ ਜਾਂ ਉਹ ਉਹਨਾਂ ਤੱਕ ਪਹੁੰਚਦੀ ਹੋ ਸਕੇ ਜਿਹਨੂੰ ਅਸੀਂ ਫੀਡਬੈਕ ਕਹਿੰਦੇ ਹਾਂ? ਦੇਖੋ ਮੈਂ ਕੋਈ ਗੁਨਾਹਗਾਰ ਨਹੀਂ ਹਾਂ। ਕਈ ਲੋਕ ਇਸ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਹਨਾਂ ਨੂੰ ਕਦੇ ਕੋਰਟਾਂ ਕਚਹਿਰੀਆਂ ਦੀ ਲੋੜ ਨਹੀਂ ਪੈਂਦੀ, ਪਰ ਉਹਨਾਂ ਦਾ ਇੱਕ ਅਧਿਕਾਰ ਹੋਣਾ ਚਾਹੀਦਾ ਕਿ ਕਿਸੇ ਕੋਰਟ ਦੇ ਫੈਸਲੇ ਦੇ ਉੱਤੇ ਉਹ ਆਪਦੀ ਰਾਏ ਮਸ਼ਵਰਾ ਦੇ ਸਕਣ। ਕੋਰਟ ਦੇ ਮੋਢੇ ਚੌੜੇ ਹੋਣੇ ਚਾਹੀਦੇ, ਜਿਸ ਤਰ੍ਹਾਂ ਪ੍ਰਸ਼ਾਂਤ ਭੂਸ਼ਣ ਜੀ ਦੇ ਵਕੀਲ ਨੇ ਕਿਹਾ। ਕੋਰਟ ਜਿਹੜੀ ਹੈ ਉਹਨੂੰ ਮੈਗਨੈਨਿਮਿਟੀ ਸ਼ੋਅ ਕਰਨੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ ਕਿ ਇਹ ਕੋਰਟ ਨੂੰ ਇੱਕ ਇਨਫੋਰਮੇਸ਼ਨ ਦਿੱਤੀ ਗਈ ਹੈ ਜਿਹਦੀ ਕੋਰਟ ਇੱਕ SIT ਬਿਠਾ ਕੇ ਜਾਂ ਕੁਝ ਹੋਰ ਜੱਜ ਦੀ ਇੱਕ ਕਮੇਟੀ ਬਿਠਾ ਕੇ ਪੜਚੋਲ ਕਰ ਸਕਦੀ ਸੀ। ਠੀਕ ਹੈ, ਪੜਚੋਲ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਝੂਠੇ ਪਾਏ ਜਾਂਦੇ ਤਾਂ ਫਿਰ ਭਾਵੇਂ ਫਾਇਰ ਲਾ ਦਿੰਦੇ। ਠੀਕ ਹੈ, ਠੀਕ ਹੈ ਗੁਦਾਰਾ ਸਾਹਿਬ, ਠੀਕ ਹੈ। ਆਪਣੇ ਕਿੰਗਰਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਗੁਦਾਰਾ ਸਾਹਿਬ, ਉਹ ਇਹ ਕਹਿ ਰਿਹਾ ਕਿ ਅਪੋਲੋਜੀ ਵਾਲੇ ਕਨਸੈਪਟ ਨਾਲ ਉਹ ਸਹਿਮਤ ਨਹੀਂ ਹੈਗੇ ਗੇ, ਪਰ ਚੰਨੀ ਸਾਹਿਬ ਕਹਿ ਰਹੇ ਆ ਮੋਰ ਦੈਨ ਅਪੋਲੋਜੀ ਇਹ। ਗੁਦਾਰਾ ਸਾਹਿਬ ਹੁਣ ਬੋਲੋ। ਸਰ, ਚੰਨੀ ਸਾਹਿਬ ਜਦੋਂ ਮੋਰ ਦੈਨ ਅਪੋਲੋਜੀ ਕਹਿੰਦੇ ਨੇ ਉਹਦੇ ਮਤਲਬ ਪਤਾ ਨਹੀਂ ਕੀ ਨੇ, ਪਰ ਜਦੋਂ ਅਪੋਲੋਜੀ ਕਹਿੰਦੇ ਨੇ ਮੈਂ ਪੂਰੀ ਤਰ੍ਹਾਂ ਉਹਦੇ ਨਾਲ ਸਹਿਮਤ ਹੈਗਾ। ਅਪੋਲੋਜੀ ਉਹਨਾਂ ਨੇ ਬਾਰ ਬਾਰ ਕਿਹਾ ਮੈਂ ਨਹੀਂ ਮੰਗਣੀ, ਉਹਨਾਂ ਦੇ ਵਕੀਲ ਨੇ ਕਿਹਾ ਕਿ ਕੋਰਟ ਕੋਰਸੀ ਮੈਥਡ ਯੂਜ਼ ਕਰ ਰਹੀ ਹੈ ਮਾਫੀ ਮੰਗਵਾਉਣ ਵਾਸਤੇ, ਮੈਂ ਉਹ ਨਹੀਂ ਮੰਗਣੀ। ਉਹਨਾਂ ਨੇ ਅੱਜ ਵੀ ਕਿਹਾ ਕਿ ਮੈਂ ਜਿਹੜਾ ਪਹਿਲਾਂ 20 ਤਰੀਕ ਨੂੰ ਆਪਦਾ ਸਟੇਟਮੈਂਟ ਦਿੱਤਾ ਸੀ ਤੇ 25 ਤਰੀਕ ਨੂੰ ਦਿੱਤਾ, ਮੈਂ ਉਹਦੇ ਨਾਲ ਖੜਾ ਹਾਂ। ਉਹਨਾਂ ਨੇ ਕਿਹਾ ਮੈਂ ਆਪਦੇ ਟਵੀਟ ਦੇ ਵਿੱਚ ਜਿਹੜਾ ਬੋਨਾਫਾਈਡ ਓਪੀਨੀਅਨ ਵੇਖ ਕੀਤਾ ਸੀ ਮੈਂ ਉਹਦੇ ਨਾਲ ਖੜਾ ਹਾਂ। ਉਹਨਾਂ ਨੇ ਕਿਹਾ ਕਿ ਮੈਂ ਇਸ ਦੇਸ਼ ਦੀ ਸੁਪਰੀਮ ਕੋਰਟ ਦਾ, ਇਸ ਦੇਸ਼ ਦੀ ਲੋਕਤੰਤਰ ਦਾ, ਸੰਵਿਧਾਨ ਦਾ ਸਨਮਾਨ ਕਰਦਾ ਹਾਂ। ਮੈਂ ਉਹ ਸਨਮਾਨ ਕਰਦਿਆਂ ਹੋਇਆਂ ਇਸ ਦੇਸ਼ ਦੀ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ, ਕਮਜ਼ੋਰ ਨਹੀਂ। ਉਹਨਾਂ ਨੇ ਕਿਹਾ ਕਿ ਇਸ ਦੇਸ਼ ਦੀ ਸੰਸਥਾਵਾਂ ਦੇ ਉੱਤੇ ਕਾਰਿਆਪਾਲਿਕਾ ਨੇ ਬਾਰ ਬਾਰ ਅਟੈਕ ਕੀਤਾ, 6 ਸਾਲ ਦੇ ਵਿੱਚ ਵੀ ਹੋਏ ਨੇ। ਇਸ ਕਰਕੇ ਉਹਦੀ ਸੰਸਥਾ ਦੀ ਜਿਹੜੀ ਸੁਪਰੀਮ ਕੋਰਟ ਦੀ ਇੱਜ਼ਤ ਬਚਾਉਣਾ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਹੋਗੇ ਮੈਂ ਮੰਨਾਂਗਾ ਨਹੀਂ। ਐਸੇ ਕਰਕੇ ਮੈਂ ਕਹਿਣਾ ਚਾਹਨਾ, ਜਦੋਂ ਗਾਂਧੀ ਨੇ ਫੈਸਲਾ ਮੰਨ ਲਿਆ ਸੀ, ਜਦੋਂ ਭਗਤ ਸਿੰਘ ਨੇ, ਕੋਈ ਭਗਤ ਸਿੰਘ ਭੱਜ ਨਹੀਂ ਗਿਆ ਸੀ ਫੈਸਲੇ ਤੋਂ, ਤੇ ਉਹਨਾਂ ਨੇ ਇਹ ਕਹਿ ਦੇਣਾ ਕਿ ਉਹਨਾਂ ਨੇ ਸਾਰਾ ਦੋਸ਼ ਮੰਨ ਲਿਆ ਸੀ? ਇਹ ਨਹੀਂ, ਉਹਨਾਂ ਨੇ ਕਿਹਾ ਸੀ ਸਾਡਾ ਫਰਜ਼ ਸੀ ਅੱਜ ਦੇ ਵਿੱਚ ਦੇਸ਼ ਦੇ ਵਿੱਚ ਇਹ ਗੱਲ ਕਰਨਾ, ਇਸ ਆਵਾਜ਼ ਨੂੰ ਉਠਾਉਣਾ, ਅਸੀਂ ਉਹਨੂੰ ਉਠਾਇਆ ਹੈ, ਉਠਾਉਂਦੇ ਰਹਾਂਗੇ। ਅਦਾਲਤਾਂ ਆਪਦੇ ਅੱਜ ਦੇ ਕਾਨੂੰਨ ਦੇ ਮੁਤਾਬਿਕ, ਜੱਜ ਆਪਦੇ ਫੈਸਲੇ ਦੇ ਮੁਤਾਬਿਕ ਜੋ ਸਜ਼ਾ ਦੇ, ਗੁਦਾਰਾ ਸਾਹਿਬ ਤੁਸੀਂ ਇਹਨੂੰ ਜਿੱਤ ਮੰਨਦੇ ਹੋ? ਇਸ ਕਰਕੇ ਸਵੀਕਾਰ ਕਰਾਂਗੇ। ਗੁਦਾਰਾ ਸਾਹਿਬ ਤੁਸੀਂ ਇਸ ਨੂੰ ਜਿੱਤ ਮੰਨਦੇ ਹੋ? ਜੀ, ਮੈਂ ਬਿਲਕੁਲ ਜਿੱਤ ਮੰਨਦਾ। ਇਸ ਦੇਸ਼ ਦੇ ਵਿੱਚ ਲੱਖਾਂ ਲੋਕਾਂ ਨੇ ਆਵਾਜ਼ ਉਠਾਈ ਹੈ, ਇਸ ਦੇਸ਼ ਦੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜਿਸ ਨੇ, ਇਸ ਦੇਸ਼ ਦੇ ਵਕੀਲਾਂ ਨੇ, ਇਸ ਦੇਸ਼ ਦੇ ਮਜ਼ਦੂਰਾਂ ਨੇ, ਆਦੀਵਾਸੀਆਂ ਨੇ, ਮਛੁਆਰਿਆਂ ਨੇ, ਆਮ ਨਾਗਰਿਕਾਂ ਨੇ ਆਵਾਜ਼ ਉਠਾਈ ਹੈ। ਸੁਪਰੀਮ ਕੋਰਟ ਨੂੰ ਸੁਣਨੀ ਪਈ ਹੈ। ਸੁਪਰੀਮ ਕੋਰਟ ਇਸ ਦੇਸ਼ ਦੀ ਜਿਹੜੀ ਹੈ ਉਹਨੂੰ ਇਸੇ ਤਰ੍ਹਾਂ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਸੱਚ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਇਹੀ ਗੱਲ ਪ੍ਰਸ਼ਾਂਤ ਭੂਸ਼ਣ ਤੇ ਉਹਨਾਂ ਦੇ ਵਕੀਲ ਬਾਰ ਬਾਰ ਕਹਿ ਰਹੇ ਸੀ। ਤੁਸੀਂ ਯਾਦ ਕਰੋ, ਪ੍ਰਸ਼ਾਂਤ ਭੂਸ਼ਣ ਨੇ ਪਹਿਲੇ ਦਿਨ ਤੋਂ ਕਿਹਾ ਮੈਂ ਇਸ ਦੇਸ਼ ਦੇ ਸੁਪਰੀਮ ਕੋਰਟ ਨੂੰ, ਇਸ ਦੇਸ਼ ਦੀ ਨਿਆਂਪਾਲਿਕਾ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ, ਮੈਂ ਤਾਂ ਇਹ ਉੱਚਾ ਲਿਜਾਣਾ ਚਾਹੁੰਦਾ, ਤੇ ਜਿਹੜਾ ਨੀਵੇਂ ਲਿਜਾਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਮੈਂ ਉਹਦੇ ਖਿਲਾਫ ਹਾਂ। ਚੰਨੀ ਸਾਹਿਬ ਦੀ ਜਿਹੜੀ ਪਾਰਟੀ ਦੀ ਗੱਲ ਹੈ, ਇਹਨਾਂ ਨੇ ਵਿੱਚੋਂ ਇਹ ਵੀ ਕਿਹਾ ਕਿ ਸਾਡੇ ਜਿਹੜੇ ਅਟਾਰਨੀ ਜਨਰਲ ਨੇ ਉਹ ਸਰਕਾਰ ਦੀ ਗੱਲ ਉਹਨਾਂ ਨੇ ਕਹੀ। ਚੰਨੀ ਸਾਹਿਬ, ਅਟਾਰਨੀ ਜਨਰਲ ਸਰਕਾਰ ਦਾ ਵਕੀਲ ਨਹੀਂ ਹੁੰਦਾ, ਅਟਾਰਨੀ ਜਨਰਲ ਸੰਵਿਧਾਨਿਕ ਸੰਸਥਾ ਹੈ, ਸੰਵਿਧਾਨਿਕ ਪਦ ਹੈ। ਉਹ ਵਿਅਕਤੀ ਨੇ ਆਪਦੀ ਇਸ ਗੱਲ ਨੂੰ ਮਜ਼ਬੂਤੀ ਨਾਲ ਰੱਖਿਆ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਟਾਰਨੀ ਜਨਰਲ ਪੂਰਾ ਦਿਨ ਕੋਰਟ ਦੇ ਵਿੱਚ ਬੈਠਾ ਰਿਹਾ। ਜਿਹੜੇ ਜੱਜ ਸਾਹਿਬ ਸੀ ਅਰੁਣ ਮਿਸ਼ਰਾ ਜੀ, ਉਹਨਾਂ ਨੂੰ ਦੁਸ਼ਯੰਤ ਦਵੇ ਨੇ ਕਿਹਾ ਕਿ ਇਹਨਾਂ ਦੀ ਗੱਲ ਸੁਣੀ ਜਾਵੇ, ਅਟਾਰਨੀ ਜਨਰਲ ਸਵੇਰ ਤੋਂ ਬੈਠੇ ਨੇ।
उन्होंने उन्होंने गल नहीं सुनी अटोर्नी जनरल ने ऐसे इतराज नहीं किया। मैं व्यक्तिगत तौर पर उम्मीद करता हाँ कि इस देश का अटोर्नी जनरल जो भी कोई भी हो अदालत में कह सके कि मैं इस गल आपकी गल कहना चाहना इस इशू से वह सुनया जाए। सुप्रीम कोर्ट ने यह भी फैसला कर दिया कि सो ऑर्डर लिता जा सकता है ये सारे मामले जरा अटोर्नी जनरल है वह कंसेंट की लड़ नहीं यह फैसला सुप्रीम कोर्ट कर देता है यह जजमेंट दे देता है तो देश के अटोर्नी जनरल सुने भी नहीं चाहता इस देश की सरकार इस देश का अटोर्नी जनरल इस गलते चुप रहा है ये भी सवाल उठने चाहिए ने भी इस देश की सरकार तो सवाल किए जाने चाहिए ने। मैं आ रहा गुरदारा साहब वापस आ रहा सर अटोर्नी जनरल वाला सवाल लैके वापस आऊँगा एक छोटा जहा ब्रेक लै रहे ब्रेक तो वापस आवेंगे। अटोर्नी जनरल ने जी गल सुप्रीम कोर्ट में रखी सी सुप्रीम कोर्ट ने किन्नी सुनी सवाल यह भी हैगा गुरदारा साहब ने सवाल चुकया वापस आके पूछांगे वालिको पूछ रहे बड़ा सवाल से पूछ रहे इस डिबेट में सीनियर वकील प्रशांत भूषण के स्टैंड तो सज़ा नाल देश विच किहड़े सवाल खड़े हुए। चन्नी साहब सर तुसी वार वार अटोर्नी जनरल का जिक्र कर रहे हो अटोर्नी जनरल ने यह कहा सीगा कि प्रशांत भूषण नूं सज़ा नहीं होनी चाहिए यही कहा सीगा चन्नी साहब बिल्कुल उन्होंने यह भी कहा सीगा अटोर्नी जनरल की अटोर्नी जनरल की नहीं सुनी गई उन्होंने दलील विच वजन नहीं पाया गया दा मतलब जरूर पाया गया दलील जी जजमेंट है लेटेस्ट बेंच ने होल्ड किया कि बड़ी सेन एडवाइस सानूं अटॉर्नी जनरल वालों मिली है और टाइम एंड गेन वो ये प्लीट करते रहे ने इस प्रशांत भूषण जी के बयान से और इन दी लार्जर इंटरस्ट ऑफ दी बेंच एंड बार रिलेशनशिप कि जी ये इन्हों जी सज़ा हैगी है वह नहीं होनी चाहिए पर असलियत की हैगी है सर हुण सज़ा होई है कि नहीं चन्नी साहब हुण सज़ा होई है कि नहीं कन्विक्शन होगी कन्विक्शन है इट इज काउंट्स टू कन्विक्शन जी एक रुपये की चाहे सज़ा हो चाहे एक पैसे की होट्स अ पनिशमेंट इट इज अ कन्विक्शन वो तो हुई वो कोई रौला नहीं पर मैं ये कह चाहना कि उन्होंने 2009 के तहलका मैगजीन इंटरव्यू के कहा कि 16 जजा के 8 जज करप्ट ने हूँ पिछले फिर एक उन्होंने कहा कि पिछले 6 साल 4 जो चीफ जस्टिस ने उन्होंने घाण कर दिता है और स्कैंडलाइज होया मतलब मैं ये कहना चाहगा कि जी फ्रीडम ऑफ स्पीच है कंस्टीट्यूशन वालों दी जा रही है दी गई है ग्रंटिड है फंडामेंटल राइट है वह मतलब यह है कि क्वालिफाइड है वो एब्सोल्यूट नहीं है कि जिथे मेरा राइट शुरू होंगे तो ड्यूटी होंगी जिथे राइट शुरू होना उ मेरी ड्यूटी हैगी है। चन्नी साहब मैं बड़ा एक सधारण सवाल तुम्हें कर लगा सर कि हूँ इस फैसले अपमान से आलोचना विचाला फर्क है उसका फैसला हो चुका चन्नी साहब देखो यह फैसला एक बार तो हो गया पर उन्होंने को राइट है टू फाइल द रिव्यू पिटीशन जो कोई अगे मैटर सर लीगली राइट छोड़ दो सर लीगली राइट छोड़ दो सर वो केड़ी बेंच को ले जाएंगे की रिव्यू पिटीशन पाएंगे सर मैं उसके विच नहीं जाऊंगा वो मैं सवाल ले लूंगा मेरा सवाल तो चन्नी साहब अपमान ते आलोचना दे विचाले फर्क दा फैसला हो चुका आलोचना दा फैसला नहीं होया अपमान दा अपमान बारे फैसला हो गया और उसकी उन्होंने जिहड़ी पनिशमेंट सीगी वो 1 रुपया फाइन कर दी ठीक है गुरदारा साहब मैं तुहाडे कोल आना चाह रहा पर एक सवाल मैं किंगरा साहब तो ले लां किंगरा साहब यही सेम सवाल तुहानू कर रहे हैं अपमान ते आलोचना दे विचाले जिहड़ा फर्क सी उहदा फैसला हो गया नहीं ये फैसला नहीं होयागा बड़ी थिन लाइन है उहदे विचाले एक तुहानू मैं दस्सदा कि भारत दे विच एक कानून हैगा जुडिशियल ऑफिसर प्रोटैक्शन एक्ट कोई भी जज कोई फैसला कर दिंदा उस फैसले दे नाल किसी का नुकसान हो जाता है कोई बिना वजह तो जेल भेज देंगे है मुड़ के रिव्यू होकर हाई हायर कोर्ट दे विचों बरी हो जाता है पर उस जज दे उत्ते केस नहीं चल सकता उहनू प्रोटैक्शन है क्योंकि जुडिशियल फैसला है ये देखो सब तो वड्डी जिहड़ी कचहरी कोर्ट की जिहड़ी पावर है जिहड़ा उहदा इंस्टीट्यूशन का जिहड़ा रुतबा है वह रुतबा है ओपननैस तुसीं डिप्टी कमिश्नर के कमरे च नहीं वड़ सकते पर तुसीं सुप्रीम कोर्ट के चीफ जस्टिस के कमरे च बैठ के किसी केस की बहस सुन सकते हो डिप्टी कमिश्नर के कमरे च वड़न वास्ते तुहानू 4 गनमैन खड़े होणगे जे फोर्सिवली वड़ोगे तां वी तुहानू मूहरों डक लैणगे उह इस करके ओपननैस जुडिशरी की और जुडिशरी का माजना कि जुडिशरी कैन टॉलरेट जदों तुसीं लोअर कोर्ट की किसी फैसले नूं हायर कोर्ट के अपील करते हो तुसी बहुत माड़ा लिखते हो लोअर कोर्ट बारे ता जाके कहने ये मैलाफाइड से यह फलाना से यह टिमका से वो कंटेंप्ट नहीं मनिया जाता यही जुडिशरी की ओपननैस है कि जो तुसी जुडिशरी के किसी लोअर बेंच का लोअर कोर्ट का फैसला हायर कोर्ट के रिव्यू वास्ते पाने हो तुसी बहुत माड़ी भाषा बोलते हो कहीं आर्बिट्रेटर बारे भाषा देखो तुसी की लिखी जाती है कट के देखो अपील सो उस गल के उत्ते कोई माइंड नहीं करता क्योंकि जुडिशरी जी है वह बहुत मैग्नानिमस होंगी है वह जजमेंट दिंदी है ਉਹਦੇ ਜਜਮੈਂਟ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਜੁਡੀਸ਼ਰੀ ਆਪ ਇਨਵੋਲਵ ਸੀ ਜਿੱਦਾਂ ਚੰਨੀ ਸਾਹਿਬ ਨੇ ਇੱਕ ਬਹਿਸ ਦੇ ਵਿੱਚ ਕਿਹਾ ਸੀ ਕੰਟੈਮਨਰ
एंड द कोर्ट यह दो ही बंदा का मसला सीगा ए तीजा कोई बंद नहीं सीगा सो कंटेमिनर जिहड़ा ओनू ओनू अज अज दोषी ठहरा दिता पर इट इज नॉट द अल्टीमेट किंगरा साहब तुहानू तुहानू एक मिनट किंगरा साहब तुहानू लगता है कि प्रशांत भूषण नू सजा सुनाई गई है देखो सजा तो है ही है पर ए सजा ए नहीं है कि राइट टू रिव्यू है सजा तो लोअर कोर्ट दे दिंदी है लोगों की फांसी की सजा माफ हुई है हायर कोर्ट जाके बरी हो गए लोग देखो इसे करके जो रिव्यू पाया जाता है जो रिव्यू पटीशन पाएंगे प्रशांत भूषण आलोचना करता है इस देश की न्यायपालिका की जिहड़ी इज्जत है इहदा जिहड़ा स्टेटस है इहनूं मैं थल्ले डेगना चाहना ध्वस्त ध्वस्त कर देना चाहना उदो तुसी उन्हों अपमान मान सकते हो जो बंद कहता है मैं इस देश की न्यायपालिका का कद ऊंचा करना चाहना जो संविधान जिस तरह का कद वेखता है न्यायपालिका का मैं उस तरह का कद वेखना चाहना मैं महसूस हो रहा है जो मैं लगातार घटनावां वेख रहा कि न्यायपालिका का कद उन्होंने आपके एक्शन तो थले जा रहा है उदो जो बंद बोलता है जिम्मे प्रशांत भूषण बोलिया वो आलोचना होंगी है इसके फर्क नहीं पैंता किने कि सजा देती सुप्रीम कोर्ट का हक है सजा देना वो फैसला कर सकता है पर सुप्रीम कोर्ट के फैसलों से सवाल होंगे ने फैसले गलत होंगे ने इस देश की जनता का इस देश के नागरिकों का संविधान यह हक देता है उन्होंने कि फैसलों की आलोचना भी वो कर सकन एक गल मैं तुम्हें तो होर कह देना चाहना कि हुण जिहड़ा तुसीं कहा बीजेपी की बोल रही है अज तो इस तो पता लगता है कि बीजेपी बड़े चुपचाप रह के वेख रहे थे कि प्रशांत भूषण जिहड़ा पीएम केस फंड से सवाल उठाता है सहारा विडला डायरी से सवाल उठाता है लोया की हत्या से सवाल उठाता है जिहड़े लगातार राफेल का सवाल उठाता है उहदी जबान तो सुप्रीम कोर्ट बंद कर देगा ਜਦੋਂ ਉਹਨਾਂ ਨੂੰ ਅੱਜ ਪਤਾ ਲੱਗਿਆ ਕਿ ਸੁਪਰੀਮ ਕੋਰਟ ਨੇ ਸਿਰਫ 1 ਰੁਪਏ ਫਾਈਨ ਦਿੱਤਾ ਤੇ ਉਹ ਜਮ੍ਹਾਂ ਕਰਾਉਣ ਨੂੰ ਤਿਆਰ ਹੈ ਤੇ ਉਹਦਾ ਹਲੇ ਵੀ ਰਾਈਟ ਹੈ ਦੇਸ਼ ਦੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਤੱਕ ਬੋਲੇ ਨੇ ਉਦੋਂ ਉਹਨਾਂ ਨੂੰ ਚਿੰਤਾ ਹੋ ਗਈ ਹੈ ਕਿ ਇਹ ਜਮ੍ਹਾਂ ਕਰਾ ਦੇਗਾ ਤੇ ਲਗਾਤਾਰ ਲੜਾਈ ਨੂੰ ਜਾਰੀ ਰੱਖੇਗਾ ਇਸ ਤੋਂ ਘਬਰਾਈ ਹੋਈ ਸੱਤਾ ਜਿਹੜੀ ਬੀਜੇਪੀ ਦੀ ਹੱਥ ਹੈ ਹੱਥ ਦੇ ਵਿੱਚ ਹੈ ਤੇ ਬੀਜੇਪੀ ਦਾ ਕਰੈਕਟਰ ਵੀ ਇਹੀ ਹੈ ਉਸ ਤੋਂ ਘਬਰਾਈ ਹੋਈ ਬੀਜੇਪੀ ਦੇ ਲੀਡਰ ਜਿਨ੍ਹਾਂ ਦੇ ਬਿਆਨ ਤੁਸੀਂ ਦਿੱਤੇ ਉਹ ਬੋਲ ਰਹੇ ਨੇ ਇੱਕ ਗੱਲ ਮੈਂ ਹੋਰ ਕਹਿ ਦੇਣਾ ਚਾਹਨਾ ਤੁਸੀਂ ਵੇਣੂ ਗੋਪਾਲ ਜੀ ਦੀ ਗੱਲ ਕੀਤੀ ਤੁਸੀਂ ਠੀਕ ਸਵਾਲ ਕੀਤਾ ਵੇਣੂ ਗੋਪਾਲ ਜੀ ਨੇ ਕਿਹਾ ਸੀ ਸਟੇਟਸਮੈਨਸ਼ਿਪ ਦਿਖਾਓ जज साहब इस मामले नूं इत्थे खत्म कर दिओ तुसीं कन्विक्शन दी जजमेंट दित्ती है इत्थे सजा ना सुनाओ सुप्रीम कोर्ट दे जजां ने उस गल नूं नहीं मन्निया उन्होंने सजा दित्ती है सजा किन्नी होनी चाहीदी है उन्होंने 1 रुपया दित्ती पर उन्होंने सजा दित्ती है कन्विक्शन उन्हां दी 14 अगस्त नूं हो गई सी अज उहदी सजा दे दित्ती है परंतु मैं तुहानूं एक होर गल याद करा दिया गुजरात दा एक होम मिनिस्टर हुंदा सी हिरेन पांड्या उन्हां दी हत्या हो गई सी उह मार दित्ते गए सी उह पुलिस ने केस दर्ज कीता मामला सीबीआई कोल गया सीबीआई ने उसकी जांच को उसी तरह आगे बढ़ाया कुछ बंदे को सजा हो गई हाई कोर्ट ने सजा पलट दी सुप्रीम कोर्ट ने आके अरुण मिश्रा जी के बेंच ने उन्होंने बंदे को सजा बहाल कर दी उसके विच प्रशांत भूषण ने एक पिटीशन फाइल की थी कि पूरे मामले की जांच कराई जाए द्वारा नवे फैक्ट्स आए हैं जिन्होंने सजा दी गई है वह दोषी नहीं दोषी कोई होर है अरुण मिश्रा जी ने रद्द करते पिटीशन ये महत्वपूर्ण गल के पी जी है कल एक झा साहब ने ये पूरा आर्टिकल लिखा है उन्होंने कहा कि फैसला किस तरह गलत सीगा गवाही जी उस तो किवें गलत सीगा उन्होंने लिखा कि जिवें उन्होंने गोलियां लगियां सी शीशा बंद सी उस तो बाद गोलियां किवें लगियां सुप्रीम कोर्ट इहनूं क्लीयर नहीं कर सकिया इहनूं स्पष्ट नहीं किया उन्होंने इन्नी लंबा आर्टिकल लिख के एक एक फैक्ट्स की गल की है इस करके मैं कहना चाहना सुप्रीम कोर्ट सुप्रीम एस एस दे विच है कि जिहड़ा मामला उहदे सामने आएगा वह फैसला देगा लोग उस फैसले नूं उस तरह मनणगे पर उस फैसले का विरोध भी कर सकेंगे उसका फैसले का विरोध कर सकन जिते गलत है यही देश का लोकतंत्र यही संविधान कहता है यह दोवें गल्लां दे विच अंतर करन दी लोड़ है समझन दी लोड़ है कि संविधान का कोर्ट का फैसला जुर्माना जमा कराना या जेल दे विच चला जाना इहदा मतलब उस फैसले नूं स्वीकार करना नहीं हुंदा उस फैसले का रिस्पैक्ट करना हुंदा है क्योंकि इस देश के संविधान का इस देश के सुप्रीम कोर्ट का इस देश की संस्थावां का तुसीं आदर करदे हो इस करके तुसीं ਉਹਦੇ ਮੁਤਾਬਿਕ ਬਿਹੇਵ ਕਰਦੇ ਹੋ ਉਹਦੇ ਮੁਤਾਬਿਕ ਬਿਹੇਵ ਨਾ ਕਰਨਾ ਹੁੰਦਾ ਹੈ ਅਰਾਜਕਤਾ ਪੈਦਾ ਕਰਨਾ ਉਹ ਪ੍ਰਸ਼ਾਂਤ ਭੂਸ਼ਣ ਨੇ ਨਾ ਪਹਿਲਾਂ ਕਿਹਾ ਸੀ ਨਾ ਹੁਣ ਕਿਹਾ ਸੀ ਉਹ ਆਪਦੀ ਲਾਈਨ ਤੇ ਖੜੇ ਨੇ ਕੁਝ ਬਹਿਰੇ ਲੋਕ ਕੁਝ ਜਿਹੜੇ ਸੱਤਾ ਦੇ ਨਾਲ ਖੜੇ ਨੇ ਜਿਹੜੀ ਸੱਤਾ ਡਰੀ ਹੋਈ ਹੈ ਉਹ ਲੋਕ ਵਾਲੇ ਜਿਹਦੇ ਅੱਜ ਦਿਨ ਇਸ ਨੂੰ ਮਿਸ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਕਹਿ ਰਹੇ ਨੇ 1 ਰੁਪਏ ਜਮ੍ਹਾਂ ਕਰਨਾ ਪ੍ਰਸ਼ਾਂਤ ਭੂਸ਼ਣ ਦਾ ਮਾਫੀ ਮੰਗਣਾ ਹੋ ਗਿਆ ਉਹ ਕਹਿ ਰਹੇ ਨੇ ਪ੍ਰਸ਼ਾਂਤ ਭੂਸ਼ਣ ਦੇ ਵਿੱਚ ਹਿੰਮਤ ਹੈ ਤੇ ਜੇਲ੍ਹ ਦੇ ਵਿੱਚ ਜਾਵੇ ਪ੍ਰਸ਼ਾਂਤ ਭੂਸ਼ਣ ਦੇ ਵਿੱਚ ਹਿੰਮਤ ਸੀ ਉਹਨੇ ਕਿਹਾ ਮੈਂ ਮਾਫੀ ਨਹੀਂ ਮੰਗਾਂਗਾ ਉਹਨੇ ਕਿਹਾ ਕਿ ਤੁਸੀਂ ਕੋਰਸੀ ਤਰੀਕਾ ਇਸਤੇਮਾਲ ਕਰ ਰਹੇ ਹੋ ਮੈਂ ਮਾਫੀ ਮੰਗਵਾਉਣ ਵਾਸਤੇ ਜੇ ਤੁਸੀਂ ਜਿਹੜੀ ਸਜ਼ਾ ਕਰਨੀ ਹੈ ਜਿਹੜੀ ਮਰਜ਼ੀ ਕਰੋ ਮੈਂ ਉਹਨੂੰ ਸਵੀਕਾਰ ਕਰਾਂਗਾ ਸੁਪਰੀਮ ਕੋਰਟ ਕੋਲ ਰਾਈਟ ਸੀਗਾ ਸੁਪਰੀਮ ਕੋਰਟ ਉਹਨਾਂ ਨੂੰ ਜਿੰਨੀ ਮਰਜ਼ੀ ਸਜ਼ਾ ਦੇ ਦਿੰਦਾ ਕਿਉਂਕਿ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਕੰਟੈਂਟ ਲਾਅ ਸਾਡੇ ਲਾਗੂ ਨਹੀਂ ਹੁੰਦਾ ਇਸ ਕਰਕੇ 6 ਮਹੀਨੇ ਤੋਂ ਬਾਅਦ ਵੀ ਅਸੀਂ ਸਜ਼ਾ ਦੇ ਸਕਦੇ ਹਾਂ
उस जजमेंट का मतलब यह 14 अगस्त का। यह कहने वाला प्रशांत भूषण जी गल कह रहा है, इस देश के बहुत लोगों ने गल कही है जिन्होंने कानून पढ़िया, जिन्हें कानून को समझना चाहते हैं, कानून को भी छोड़ो जिहड़ा इस देश के सच बोलने की आजादी, इस देश के संविधान की भावना समझना चाहता है, उन्होंने लोगों को बिल्कुल साफ समझ आ रहा है कि फैसले का गलत होना, फैसले को मान के उसके मुताबिक सजा भुगत लेना, यह उन्हें स्वीकार करना या अपने आप को दोषी मानना नहीं होंगे। प्रशांत भूषण ने भी अपने आप को दोषी नहीं मनिया है, उस फैसले के मुताबिक देश के संविधान के मुताबिक वो एक्ट कर रहे हैं, जुर्माना जमा करा रहे हैं। ठीक है सर, ठीक है, साफ रखना चाहिए। ठीक है, एक और छोटा ब्रेक लवेंगे, ब्रेक तो बाद अं आखिरी हिस्से में होवेंगे। साड़ी कोशिश है कि सारे सवाल है जो सोशल मीडिया से आ रहे हैं ज मेन स्ट्रीम मीडिया में आ रहे उन्होंने सारे सवालों के जवाब ले जान, सियासत की पूछ रही है उन्होंने सवालों के जवाब भी ले जान, क्योंकि लोकतंत्र के साडा संविधान सानू हक दिंदा कि असी हर सवाल कर सकी, पर सियासत आल तरीके काम करती है, सियासत अपनी लकीर खिंचती है। पर प्रशांत भूषण ने अपने आप को दोषी किन्ना मनिया, प्रशांत भूषण को जी सज़ा हुई है उसमें किस तरीके उन्होंने एक्सैप्ट किया, एक कहें रिस्पैक्ट की गई है, इन्हें मतलब यह नहीं गया कि सज़ा का विरोध नहीं कर रहे हो। वापस आ रहे हैं, वड़ा सवाल असं पूछ रहे इस डिबेट में सीनियर वकील प्रशांत भूषण के स्टैंड से सज़ा नाल देश में कि सवाल खड़े हुए। गुदारा साहब एक छोटा जिहा जवाब जे तुसीं दे सकते हो सर, एक जवाब यह पूछा जा रहा बार बार कि जिहड़े प्रशांत भूषण के नाल जिहड़ी एक लहर जिन्होंने एक इस नूं मूवमेंट बनाया सीगा उन्होंने प्रशांत भूषण का कंपैरिजन है उन्होंने शख्सियतों नाल कीता जिन्हां दा जिक्र तुसीं वार वार करते हो, वो इस वेले की कहना चाहते हैं सर, सवाल उन्होंने है सर, प्रशांत भूषण के स्टैंड से या प्रशांत भूषण ने जिहड़ी माफ़ी नहीं मंगी सर उस पर सवाल खत्म हो चुके हैं, प्रशांत भूषण के मोढ़े ते रख के बंदूकां चला रहे सी सर, सवाल उन्होंने है। गुदारा साहब संखेप में जवाब दे दो प्लीज़। सर मैं थोड़ा सवाल ही समझ नहीं आया केपी जी, जिम्मे सवाल कर रहे हो कोई होर बंदा इस सवाल नू सवाल पढ़ने की बजाय स्टेटमेंट पढ़ेगा तो उस तरह की गल करेगा, थोड़ा सवाल भी मैं इसे तरह का लग रहा है जिन स्टेटमेंट्स नू तुसी रख रहे हो वो स्टेटमेंट्स की कह रही ने। प्रशांत भूषण कोई भगत सिंह नहीं मान रहा, कोई प्रशांत भूषण यह भी गांधी भी नहीं कह रहा, जे प्रशांत भूषण कदम मिले हो सुने हो उन्होंने तो आप डिनाई किया सर इस चीज़ को, गुदारा साहब उन्होंने आप डिनाई किया कि मैं गांधी ना कहा जाए, उन्होंने क्या है सर दूर दराज पिंड सत्ता लड़ रहे ने उन्होंने भी खड़े हो तो कोई कह नहीं रहा, पर एक गल होर है जिन्होंने कदे भगत सिंह नहीं मनिया, जिन्होंने गांधी नहीं मनिया, जिन्होंने गांधी मरवा दिता, जिहड़े अज भगत सिंह इस्तेमाल करने की कोशिश करते हैं, जिहड़े सावरकर नूं याद करदे ने, उहनां ने उहनां दे विचार इह स्वीकार नहीं कर सकदे, उहनां दी जिहड़ी पूरी राजनीति दी पूरी समझ है कि भगत सिंह ते गांधी दा कोई जिक्र करे उहनां तों प्रेरणा लवे, उह तां गांधी ते भगत सिंह दी प्रेरणा नूं खतम कर देना चाहुंदे ने, इस करके जदों कोई गांधी ते भगत सिंह दी गल करदा है उहनां दी प्रेरणा दी गल करदा है ते उह इक बहुत ही वाहियात तुलना करदे ने कि हुण इस बंदे नूं उहदे नाल मिलाण दी कोशिश कीती जा रही है। मैं बिल्कुल वाहियात शब्द इस्तेमाल कर रहा सोच समझ के, क्योंकि उहनां दी नीति उहनां दी राजनीति उहनां दी समझ गांधी ते भगत सिंह दोवां दे खिलाफ है, इस करके वो एक गल नूं इस तरह रख रहे हैं। दूजी गल तुसी कही कि जिहड़े उन्होंने मोढ़े ते बंदूक रख के चला रहे हैं, केपी जी तुहानूं याद होएगा, उम्मीद करदा मैं तुसी जानदे होंगे, प्रशांत भूषण कोई हुण 2 दिन 4 दिन तो नहीं आया, पहली बार कंटेंट दे केस च नहीं बोलिया, प्रशांत भूषण इस देश दे हर गरीब दे वास्ते हर बंदे वास्ते जाके अदालत विच लड़िया, ना सिर्फ अदालत विच लड़िया, बिना पैसों ते अदालत विच लड़न दे नाल नाल उन्हां दे मूवमेंट्स दे विच नाल जाके खड़ा होया। याद करो जदों नर्मदा दे घाटी दे विच लोकां नूं उजाड़िया जा रहा सी प्रशांत भूषण में मिलिया कि नहीं मिलिया, वह अंदोलन में प्रशांत भूषण सर असीं कवर कर दे रहे हैं। चन्नी साहब बिल्कुल ठीक है ठीक है गुदारा साहब, मैं वापस लूंगा लास्ट मिनट लैने गुदारा साहब। चन्नी साहब तुसीं सर महात्मा गांधी जां भगत सिंह की विचारधारा ਨੂੰ ਨਹੀਂ ਮੰਨਦੇ, ਇਸ ਲਈ ਤੁਹਾਡੇ ਪਾਰਟੀ ਦੇ ਲੋਕ ਇਹੋ ਜਿਹਾ ਸਵਾਲ ਖੜਾ ਕਰਨਾ ਚਾਹੁੰਦੇ ਆ, ਗੁਰਦਾਰਾ ਸਾਹਿਬ ਇਹ ਕਹਿ ਰਹੇ ਸਰ, ਕੀ ਜਵਾਬ ਦੋਗੇ? ਲਾਸਟ ਮਿੰਟ ਸਰ ਤੁਹਾਡਾ ਚਾਹੀਦਾ। ਬਿਲਕੁਲ ਨਹੀਂ ਹੈਗਾ ਇਹ ਗੱਲ, ਜਿਹੜੇ ਮਹਾਤਮਾ ਗਾਂਧੀ ਜੀ ਫਾਦਰ ਆਫ ਦਾ ਨੇਸ਼ਨ ਸੀਗੇ ਉਹਨਾਂ ਦੀ ਬਹੁਤ ਜਿੰਨੀ ਸਾਹਿਬ ਅਗਰ ਗਾਂਧੀ ਦੇ ਹੱਤਿਆ ਜਿਹੜਾ ਹੱਤਿਆਰਾ ਸੀ ਗੋਡਸੇ ਉਹਦੀ ਤੁਸੀਂ ਆਲੋਚਨਾ ਕਰਦੇ ਹੋ, ਤੁਹਾਡੇ ਐਮਪੀ ਹੈਗੀ ਪ੍ਰਗਿਆ ਠਾਕੁਰ ਉਹਦੇ ਸਮਰਥਨ ਕਰਦੀ ਹੈ, ਤੁਸੀਂ ਕਹੋ ਕਿ ਤੁਸੀਂ ਗੋਡਸੇ ਦੀ ਆਲੋਚਨਾ ਕਰਦੇ ਹੋ, ਅਦਾਲਤ ਨੇ ਫੈਸਲਾ ਕਿ ਕੁੱਤੂ ਸਜ਼ਾ ਦਿੱਤੀ ਸੀ ਉਹਦੇ ਉਹਦੇ ਅਗੇਂਸਟ ਪਾਰਟੀ ਐਕਸ਼ਨ ਲੈ ਰਹੀ ਹੈ, ਪਾਰਟੀ ਲੈਂਦੀ ਹੈ ਹਮੇਸ਼ਾ ਐਕਸ਼ਨ ਸਾਰੇ ਬੰਦੇ ਹੋ ਗਿਆ ਤੁਸੀਂ ਕਿਉਂ ਨਾ ਗੋਰ ਸੀ ਗਲਤ ਸੀਗਾ। ਗੁਦਾਰਾ ਸਾਹਿਬ ਮੈਂ ਤੁਹਾਡਾ ਸਵਾਲ ਲੈ ਰਿਹਾ ਸਰ, ਗੁਦਾਰਾ ਸਾਹਿਬ ਤੁਹਾਡਾ ਸਵਾਲ ਲੈ ਰਿਹਾ ਮੈਂ, ਚੰਨੀ ਸਾਹਿਬ ਗੋਰ ਸੇ ਗਲਤ ਸੀ? ਹਾਂਜੀ, ਗੋਰ ਸੇ ਨੂੰ ਕਾਤਲ ਮੰਨਦੀ ਹੈ ਬੀਜੇਪੀ? ਕਿਸੇ ਨੂੰ ਕਿਸੇ ਬੰਦੇ ਨੂੰ ਕਿਸੇ ਦੀ ਹੱਤਿਆ ਕਰਨ ਦਾ ਕੋਈ ਅਧਿਕਾਰ ਨਹੀਂ।
सर गोडसे नु कातल मानदे हो तुसी कि नहीं? सवाल तो यह है। एक मिनट गुदारा साहब, मैं ले रहा तुहाडा सवाल ले रहा। महात्मा गांधी ते भगत सिंह दी विचारधारा दे तुसीं खिलाफ हो ते जे तुसीं सर उन्हां दे नाल हो ते सर ये जवाब दे दो, गोडसे नूं कातल मानदे हो तुसीं? असीं गोडसे दे काम जिथों तक दो तरह की रेवोल्यूशन होया, दो तरह की विचारधारा दे नाल इस देश नूं बीजेपी प्रवक्ता रखे ना रखे की फर्क पैंदा? दिमाग चढ़ जाती है गल, दिमाग फतूर आ जाता है भी मैं ही सब तो सच्चा है, मैं ही सब तो वड्डा राखा है इस कंट्री का, मैं ही सब तो वड्डा सब कुछ है, वह बहुत चीज माड़ी होंगी है। इस उपर जो हंकार होंगे सच दे राह ते तुरन वास्ते फैसला जां प्रशांत भूषण दा ये सत्कार करन वाला मामला भी एक रुपया जुर्माना भर दिता उन्होंने, एक जिहड़े सच ते तुरन वाले लोग है उन्होंने सर एक नज़ीर साबित होगा किंगरा साहब? बिल्कुल होएगा। देखो मैं तुम दसदा इट विल गिव ए लोगों को उत्साहित करेगा कि सच बोलो। दूजी गल एक होर है, सब तो वड्डी सर्जन जदों किसी बॉडी के उत्ते कट लाउंदा है 8 इंच का 10 इंच का उहदे 20 टांके लगदे है, वह प्लैंड इनफ्लिक्टेड इंजरी है। सर्जन इज ए पार्ट ऑफ दैट टीम विच सेव्स दैट बॉडी। प्रशांत भूषण का रोल जिहड़ा है इट वॉज लाइक ए सर्जन, बिल्कुल सर्जन वर्गा रोल से। उन्होंने एक सुप्रीम कोर्ट के उत्ते जिहड़ा है वह एक विचार अपने प्रगट किए थे, कोई दो राय नहीं कि उन्होंने उन्होंने जिहड़े विचार प्रगट किए थे किसी चंगे नहीं लगे। उहदे विच कानून कहिंदा है कि तुसीं वह विचारां दे उत्ते जिहड़ा अटॉर्नी जनरल का व्यू लेके फिर कंटेंप्ट फाइल करो, पर सुप्रीम कोर्ट के उत्ते कोई कानून लगता नहीं। भारत की सुप्रीम कोर्ट का नाम सुप्रीम है, वह सुप्रीम इज मोर इंपॉर्टेंट दैन द वर्ड कोर्ट। एक दस दो भी कानून की परिभाषा हुण की नवीं तय होगी, एक सर यह दस दो एक रुपए वाली जिहड़ी मुहिम है तुसीं जिहड़ी शुरू कर रहे हो सर उहदा मकसद की है? सर संखेप विच जवाब दिओ गुदारा साहब, अपने वक्त घट है। सर मैं क्या नेशन वाइड फंड जेडे लोग इस देश दे विच सच दे योद्धा ने, जेडे सच बोलने वास्ते देश दे विच लोकतंत्र दी बहाली वास्ते लगातार संघर्ष कर रहे ने, उन्हां वास्ते इस्तेमाल करने वास्ते फंड क्रिएट किया जाएगा। मैं इस फंड एक मिनट मैं इस फंड दे विच रोज 1 रुपया देऊंगा, सारी उम्र 1 रुपया एवरी डे आई विल कंट्रीब्यूट 1 रुपी टू दिस फंड। ठीक है, देश दे विच लाखां लोग करोड़ों लोग ये करेंगे केपी जी। बहुत वधिया किया किंगरा साहब ने। दूजी गल जिहड़ा इह गल हैगी कि तुसीं कहा कि पूरा जो सवाल है एदे विच इहनू किस तरह वेख्या जाए, प्रशांत भूषण ने कहा सी इस देश की सरकार ने पिछले 6 सालों दे विच लोकतंत्र का घाण किया है, याद रखा जाए सरकार ने किया है। उन्होंने कहा इहदे सुप्रीम कोर्ट के चार जजां दी सुप्रीम कोर्ट का रोल है, भूमिका है। उन्होंने ट्वीट नूं इस तरह इंटरप्रिट कर सकते सी, पर उन्होंने कहा सुप्रीम कोर्ट के चार जजां ने उहनूं समर्थन किया है, यह उन्होंने कहा आपके रिप्लाई दे विच। सुप्रीम कोर्ट की हिम्मत नहीं हुई गल कर लैण। इस करते हुए तुम एक गल होर लास्ट कह देना चाहना केपी जी, जो अटॉर्नी जनरल को मामला नहीं गया उसका प्रभाव की होया? प्रशांत भूषण के खिलाफ पहली पिटीशन एक महक महेश्वरी गुना तो वकील ने उन्होंने भेजी कंटेंप्ट दी सुप्रीम कोर्ट दे विच, उसका नंबर लग गया, बाद दे विच सुप्रीम कोर्ट ने उसे पिटीशन लैके कंटेंप्ट शुरू करती उत्ते अटॉर्नी जनरल की राय नहीं ली। हुण दूजी गल, सवरा भास्कर ने एक ट्वीट किया है, उन्होंने कुछ कहा, उसे महक महेश्वरी ने कंप्लेंट भेजी अटॉर्नी जनरल को कंसेंट लैण वास्ते, अटॉर्नी जनरल ने कहा कि नहीं ये कंटेंप्ट नहीं बनती। यह फर्क है, जो अटॉर्नी जनरल देश के अटॉर्नी जनरल के नाते बिहेव करता है वो कह सकता है, हिम्मत होती है
ਤੇ ਜੱਜ ਜਦੋਂ ਉਹਨੂੰ ਉਸੇ ਨੂੰ ਕੰਟੈਂਪਟ ਮੰਨ ਲੈਂਦੇ ਨੇ ਉਦੋਂ ਸਵਾਲ ਖੜੇ ਕਰਨੇ ਜ਼ਰੂਰੀ ਨੇ ਸਵਾਲ ਹੋਣੇ ਚਾਹੀਦੇ ਨੇ ਸਵਾਲ ਹੋਣਗੇ ਇਹ ਗੱਲ ਨੂੰ ਆਪਾਂ ਯਾਦ ਰੱਖੀਏ ਭੁੱਲੀਏ ਨਾ ठीक है सर बहुत धन्यवाद गुदारा साहब तुहाडा किंगरा साहब तुहाडा बहुत धन्यवाद चन्नी साहब तुहाडा बहुत धन्यवाद असीं सवाल कीता सीगा पूछन ते हुण किहड़ी बहस बाकी जिहड़ी बहस सानू समझ आई है सच ते तुरन वाली बहस बाकी है महात्मा गांधी दा राह किहड़ा सीगा उस ते बहस बाकी है शहीद भगत सिंह दा राह किहड़ा सीगा शहीद भगत सिंह ने फैसलां नूं किस तरीके नाल लिया देश नूं किहड़े पासे तोरन दी कोशिश कीती उस ते बहस बाकी है पूछन ते इह सारी बहस बाकी है इह बहस चलदी रहूगी जे तुसीं लोग सवाल नहीं कर सकते तां ना करियो असीं करांगे वार वार करदे रहांगे जे सवाल नहीं पुछांगे सानूं समझ नहीं आवेगा कि साडे संविधानक हक की है असीं कह की सकते हैं अपमान किहनूं कहिंदे आ आलोचना किहनूं कहिंदे आ सानूं फर्क समझ नहीं आएगा जदों तक सानूं फर्क समझ नहीं आएगा तो असीं मूक दर्शक बन के बैठे रहांगे पर साडा काम मूक दर्शक बन के बैठना नहीं साडा काम है तुहानूं जागरूक करना बहुत धन्यवाद।